ਨਿਭਾਉਣ ਲਈ। ਹੱਸ ਤਾਂ ਉੱਤੋਂ ਉੱਤੋਂ ਲਈਦਾ ਦੁਨੀਆਦਾਰੀ ਨਿਭਾਉਣ ਲਈ, ਨਹੀਂ ਤਾਂ ਕਬਰਾਂ ਜਿਹੀ ਖਾਮੋਸ਼ੀ ਜਿਹੜੀ ਦਿਲ ਨੂੰ ਚੀਰਦੀ ਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਸਰਬਜੀਤ ਸਿੰਘ ਢੱਕ ਫੇਰ ਮੁੜ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਲੈ ਕੇ, ਜਿਸ ਦਾ ਨਾਮ ਹੈ ਵਾਹ ਜੀ ਵਾਹ। ਦਰਸ਼ਕੋ, ਜਿਸ ਤਰ੍ਹਾਂ ਮੈਂ ਹਮੇਸ਼ਾ ਕਿਹਾ ਕਿ ਸਾਡੇ ਚ ਇਸ ਪ੍ਰੋਗਰਾਮ ਵਿੱਚ ਹਮੇਸ਼ਾ ਅਸੀਂ ਨਵੇਂ ਕਲਾਕਾਰ ਨੂੰ, ਨਵੇਂ ਰਾਈਟਰ ਨੂੰ ਮੌਕਾ ਦੇਈਦਾ। ਜਿਹੜੇ ਉੱਭਰਦੇ ਹੋਏ ਕਲਾਕਾਰ ਨੇ ਜਾਂ ਉੱਭਰਦੇ ਹੋਏ ਰਾਈਟਰ ਜਾਂ ਲੇਖਕ ਨੇ, ਅਸੀਂ ਉਹਨਾਂ ਨੂੰ ਮੌਕਾ ਦੇਈਦਾ ਇਸ ਪ੍ਰੋਗਰਾਮ ਵਿੱਚ। ਤੇ ਅੱਜ ਵੀ ਸਾਡੇ ਵਿੱਚ ਇੱਕ ਬਹੁਤ ਹੀ ਅੱਛੇ ਕਲਾਕਾਰ ਨੇ, ਲੇਕਿਨ ਉਹਨਾਂ ਲੇਖਕ ਨੂੰ ਮਿਲਾਉਣ ਤੋਂ ਪਹਿਲਾਂ, ਜਿਸ ਤਰ੍ਹਾਂ ਕਿ ਸਾਡੇ ਪ੍ਰੋਗਰਾਮ ਦਾ ਆਗਾਜ਼ ਹੁੰਦਾ ਹੈ, ਪਹਿਲਾਂ ਆਪਾਂ ਇੱਕ ਛੋਟੀ ਜਿਹੀ ਕਹਾਣੀ ਸੁਣਾਈ ਦੀ ਹੈ, ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਦਾ ਜਿਹੜੀ ਹੈ ਸ਼ੁਰੂਆਤ ਕਰੀ ਦੀ ਹੈ। ਤੋਂ ਪਹਿਲਾਂ ਤੁਹਾਡੀ ਨਜ਼ਰ ਇੱਕ ਛੋਟੀ ਜਿਹੀ ਕਹਾਣੀ, ਉਸ ਤੋਂ ਬਾਅਦ ਤੁਹਾਡੇ ਉੱਪਰ ਕਰਾਂਗੇ ਅੱਜ ਦੇ ਇਸ ਗੈਸਟ ਨੂੰ। ਸੋ ਕਹਾਣੀ ਕੁਝ ਇਸ ਤਰ੍ਹਾਂ ਸੀ ਕਿ ਇੱਕ ਵਾਰੀ ਸਮਰਾਟ ਅਸ਼ੋਕ ਆਪਣੇ ਮੰਤਰੀਆਂ ਨਾਲ ਨਿਕਲਿਆ ਆਪਣੇ ਰਾਜ ਵਿੱਚ ਗਸ਼ਤ ਕਰਨ ਲਈ, ਔਰ ਉਹਨੇ ਦੇਖਣਾ ਚਾਹਿਆ ਵੀ ਮੇਰੇ ਰਾਜ ਵਿੱਚ ਸਾਰੇ ਖੁਸ਼ ਆ ਕਿ ਨਹੀਂ ਖੁਸ਼। ਤੇ ਜਦੋਂ ਆਪਣੇ ਮੰਤਰੀਆਂ ਨਾਲ ਜਾ ਰਿਹਾ ਸੀ ਤਾਂ ਅਚਾਨਕ ਉਹਨੂੰ ਰਸਤੇ ਵਿੱਚ ਇੱਕ ਭਿਖਾਰੀ ਮਿਲਿਆ। ਭਿਖਾਰੀ ਨੇ ਉਸ ਤੋਂ ਭੀਖ ਮੰਗੀ ਤੇ ਜੇ ਸਮਰਾਟ ਅਸ਼ੋਕ ਨੇ ਆਪ ਉਤਰ ਕੇ ਥੱਲੇ ਜਾ ਕੇ ਉਹਨੂੰ ਇੱਕ ਸੋਨੇ ਦੀ ਸ਼ਰਫੀ ਜਾਂ ਸੋਨੇ ਦੀ ਮੁਦਰਾ ਆਪਾਂ ਕਹਿ ਲਈਏ ਉਹ ਦਿੱਤੀ ਤੇ ਉਹਦੇ ਮੋਹਰੇ ਮੱਥਾ ਵੀ ਟੇਕਿਆ। ਇਹ ਦੇਖ ਕੇ ਉਹਦੇ ਮੰਤਰੀ ਬੜੇ ਹੈਰਾਨ ਹੋਏ ਕਿ ਇਹ ਕਿਸ ਤਰ੍ਹਾਂ, ਕਿ ਐਡਾ ਬੜਾ ਰਾਜਾ ਇੱਕ ਜਿਹੜਾ ਫਕੀਰ ਦੇ ਮੋਹਰੇ ਨਤਮਸਤਕ ਹੋ ਗਿਆ ਜਾਂ ਮੱਥਾ ਟੇਕਿਆ। ਚਲੋ, ਆਪਣਾ ਦੌਰਾ ਉਹਨੇ ਪੂਰਾ ਕੀਤਾ ਸਮਰਾਟ ਅਸ਼ੋਕ ਨੇ। ਜਦੋਂ ਮੁੜ ਕੇ ਆਪਣੇ ਰਾਜਮਹਿਲ ਚ ਗਏ, ਉੱਥੇ ਜਾ ਕੇ ਉਹਨਾਂ ਦੀ ਸਭਾ ਲੱਗੀ ਤਾਂ ਮੰਤਰੀ ਨੇ ਪੁੱਛਿਆ, ਉਹ ਕਹਿਣ ਲੱਗੇ, ਮਹਾਰਾਜ ਤੁਸੀਂ ਤਾਂ ਇੰਨੇ ਬੜੇ ਰਾਜਾ ਹੋ, ਪੂਰੀ ਦੁਨੀਆ ਜਿੱਤੀ ਹੋਈ ਹੈ, ਸਾਰੀ ਦੁਨੀਆ ਤੁਹਾਡੇ ਮੋਹਰੇ ਨਤਮਸਤਕ ਹੁੰਦੀ ਹੈ, ਪਰ ਤੁਸੀਂ ਅੱਜ ਇੱਕ ਫਕੀਰ ਮੋਹਰੇ ਨਤਮਸਤਕ ਹੋ ਗਏ। ਸਮਰਾਟ ਅਸ਼ੋਕ ਉਸ ਵੇਲੇ ਕੁਝ ਨਹੀਂ ਬੋਲੇ, ਲੇਕਿਨ ਉਹਨਾਂ ਨੇ ਆਪਣੇ ਮੰਤਰੀ ਨੂੰ ਸਮਝਾਉਣ ਲਈ ਕੁਝ ਸੋਚਿਆ। ਉਹਨੇ ਕਿਹਾ, ਮੰਤਰੀ ਜੀ, ਮੈਂ ਤੁਹਾਨੂੰ ਇੱਕ ਐਸੀ ਚੀਜ਼ ਦਿੰਦਾ, ਤੁਹਾਨੂੰ ਚਾਰ ਚੀਜ਼ਾਂ ਦਊਂਗਾ, ਤੁਸੀਂ ਇਹ ਮਾਰਕੀਟ ਚ ਵੇਚ ਕੇ ਆਣੀਆਂ ਜਾ ਕੇ, ਔਰ ਇਹਦੇ ਬਦਲੇ ਜਿਹੜੇ ਆ ਤੁਸੀਂ ਪੈਸੇ ਲੈ ਕੇ ਆਣੇ ਆ। ਤੇ ਉਹਨੇ ਆਪਣੇ ਮੰਤਰੀ ਨੂੰ ਚਾਰ ਸਿਰ ਦਿੱਤੇ, ਜਿਹਦੇ ਵਿੱਚ ਇੱਕ ਘੋੜੇ ਦਾ, ਇੱਕ ਹਾਥੀ ਦਾ, ਇੱਕ ਸ਼ੇਰ ਦਾ ਤੇ ਇੱਕ ਬੰਦੇ ਦਾ ਸਿਰ ਦਿੱਤਾ। ਉਹਨੇ ਕਿਹਾ, ਜਾ ਇਹਨੂੰ ਵੇਚ ਕੇ ਆ ਤੇ ਵੇਚ ਕੇ ਇਹਦੇ ਬਦਲੇ ਪੈਸੇ ਲੈ ਕੇ ਆ। ਮੰਤਰੀ ਚਲਾ ਗਿਆ। ਮੰਤਰੀ ਕਹਿਣ ਲੱਗਾ, ਠੀਕ ਹੈ ਜੀ, ਮੈਂ ਜਾ ਕੇ ਵੇਚ ਕੇ ਆਣਾ। ਉਹ ਗਿਆ, ਉਹਨੇ ਵੇਚਤਾ, ਘੋੜੇ ਦਾ ਸਿਰ ਵੀ ਵੇਚਤਾ, ਹਾਥੀ ਦਾ ਵੀ ਵੇਚਤਾ, ਸ਼ੇਰ ਦਾ ਵੀ ਵੇਚਤਾ, ਪਰ ਬੰਦੇ ਦਾ ਸਿਰ ਨਹੀਂ ਵੇਚ ਸਕਿਆ। ਖਾਲੀ ਹੱਥ ਇੱਦਾਂ ਹੀ ਮੁੜ ਕੇ ਵਾਪਸ ਆ ਗਿਆ। ਕਹਿੰਦਾ, ਮਹਾਰਾਜ ਵੀ ਮੈਂ ਬਾਕੀ ਤਾਂ ਵੇਚ ਲਿਆ, ਪਰ ਮੈਥੋਂ ਆ ਬੰਦੇ ਦਾ ਸਿਰ ਨਹੀਂ ਵਿਕਿਆ। ਮਹਾਰਾਜ ਨੇ ਫਿਰ ਕਿਹਾ, ਕੋਈ ਗੱਲ ਨਹੀਂ, ਮੈਂ ਤੈਨੂੰ ਇੱਕ ਵਾਰੀ ਫੇਰ ਮੌਕਾ ਦਿੰਦਾ, ਹੁਣ ਤੂੰ ਇੱਕ ਕੰਮ ਕਰੀ, ਫਿਰ ਤੂੰ ਫ੍ਰੀ ਵੇਚ ਕੇ ਆਈ ਹੈ, ਫ੍ਰੀ ਦੇ ਦੀ ਉਹਨਾਂ ਨੂੰ, ਇੱਕ ਤੂੰ ਪੈਸੇ ਨਹੀਂ ਲੈਣੇ, ਤੂੰ ਫ੍ਰੀ ਦੇ ਕੇ ਆਈ। ਉਹ ਫਿਰ ਮੰਤਰੀ ਗਿਆ, ਜਾ ਕੇ ਉਹਨੇ ਫਿਰ ਉਹੀ ਘੋੜੇ ਦਾ ਸਿਰ ਵੀ ਉਹਦਾ ਦੇ ਦਿੱਤਾ, ਹਾਥੀ ਦਾ ਵੀ ਦੇ ਦਿੱਤਾ, ਸ਼ੇਰ ਦਾ ਸਿਰ ਵੀ ਦੇ ਦਿੱਤਾ, ਪਰ ਬੰਦੇ ਦਾ ਸਿਰ ਕਿਸੇ ਨੇ ਫ੍ਰੀ ਵੀ ਨਹੀਂ ਲਿਆ। ਤੇ ਉਹ ਇਸ ਤਰ੍ਹਾਂ ਹੀ ਵਾਪਿਸ ਆ ਗਿਆ। ਆ ਕੇ ਕਹਿੰਦਾ, ਮਹਾਰਾਜ ਵੀ ਮੇਰੇ ਲਈ ਬੜਾ ਔਖਾ ਹੈ, ਵੀ ਇਹ ਸਿਰ ਨਹੀਂ ਵਿਕਦਾ, ਮੈਂ ਦੱਸੋ ਕੀ ਕਰਾਂ। ਫਿਰ ਮਹਾਰਾਜ ਸਮਰਾਟ ਅਸ਼ੋਕ ਨੇ ਕਿਹਾ, ਕਹਿੰਦੇ, ਮੰਤਰੀ ਜੀ, ਇਹੀ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਸੀਗਾ ਕਿ ਬੰਦਾ ਜੀਂਦਾ ਤਾਂ ਲੱਖਾਂ ਦਾ, ਲੇਕਿਨ ਮਰਿਆ ਹੋਇਆ ਕੱਖਾਂ ਦਾ ਵੀ ਨਹੀਂ। ਇਸ ਸਿਰ ਦੀ ਕੀਮਤ ਕੁਛ ਨਹੀਂ ਹੈ। ਇਸ ਜਿਹੜਾ ਸਿਰ ਸੀ, ਉਹਨੇ ਅਹੰਕਾਰ ਨੂੰ ਦੱਸਿਆ ਵੀ ਜਿਹੜਾ ਸਾਡਾ ਸਿਰ ਹੈ ਜਾਂ ਸਾਡਾ ਅਹੰਕਾਰ ਹੈ, ਉਹ ਕੁਛ ਨਹੀਂ ਹੈ। ਤੇ ਬੰਦਾ ਬਿਲਕੁਲ ਮਿੱਟੀ ਹੈ, ਮਰਿਆ ਜਾਨਵਰ ਵੀ ਵਿਕ ਜਾਂਦਾ ਹੈ, ਲੇਕਿਨ ਬੰਦਾ ਨਹੀਂ ਵਿਕਦਾ। ਸੋ ਅਸੀਂ, ਸਾਨੂੰ ਜ਼ਿੰਦਗੀ 'ਚ ਇਹ ਛੋਟੀ ਜਿਹੀ ਕਹਾਣੀ ਦੱਸਦੀ ਹੈ ਕਿ ਕਦੀ ਵੀ ਕੋਈ ਹੰਕਾਰ ਨਹੀਂ ਕਰਨਾ ਚਾਹੀਦਾ। ਅਸੀਂ ਜੇ ਕੁਝ ਬਣ ਗਏ, ਇਹ ਨਹੀਂ ਕਿ ਅਸੀਂ ਕੁਝ ਬਣ ਗਏ ਤਾਂ ਅਸੀਂ ਹੰਕਾਰ ਨਾ ਚੱਲੀਏ, ਹਮੇਸ਼ਾ ਨਤਮਸਤਕ ਹੋ ਕੇ ਚੱਲੀਏ। ਕਹਿੰਦੇ, ਝੁਕੇ ਹੋਏ ਪੇੜਾਂ ਨੂੰ ਹੀ ਫੁੱਲ ਲੱਗਦੇ ਨੇ ਜਾਂ ਫਲ ਲੱਗਦੇ ਨੇ ਆਪਾਂ ਕਹਿ ਲਈਏ। ਸੋ ਕਦੀ ਵੀ ਹੰਕਾਰ ਨਾ ਕਰੋ। ਸੋ ਦੋਸਤੋ, ਇਹ ਤਾਂ ਸੀ ਕਹਾਣੀ, ਜਿਸ ਤਰ੍ਹਾਂ ਹਮੇਸ਼ਾ ਆਪਾਂ ਸ਼ੁਰੂ ਕਰੀ ਦੀ ਹੈ। ਹੁਣ ਗੱਲ ਕਰਦੇ ਹਾਂ ਆਪਾਂ ਅੱਜ ਦੇ ਟੌਪਿਕ ਦੀ। ਤੁਹਾਨੂੰ ਪਤਾ, ਅੱਜ ਦਾ ਟੌਪਿਕ ਸੀਗਾ ਦੁਨੀਆਦਾਰੀ।
ਔਰ ਇਸ ਦੁਨੀਆਦਾਰੀ ਵਿੱਚ, ਕਿਉਂਕਿ ਆਪਾਂ ਸਾਰੇ ਦੁਨੀਆਦਾਰੀ ਨਿਭਾ ਰਹੇ ਹਾਂ ਇਸ ਜਨਮ 'ਚ ਆ ਕੇ, ਇਸ ਧਰਤੀ ਤੇ ਆ ਕੇ, ਔਰ ਨਿਭਾਣੀ ਵੀ ਪੈਂਦੀ ਹੈ, ਪਰ ਅੱਜ ਦਾ ਟੌਪਿਕ ਵੀ ਇਹੀ ਹੈ ਦੁਨੀਆ। ਔਰ ਸਾਡੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਵਾਅਦਾ, ਗੈਸਟ ਨੂੰ ਮਿਲਾਵਾਂਗੇ ਜਿਹੜੇ ਨਵੇਂ ਕਲਾਕਾਰ ਨੇ, ਉੱਭਰਦੇ ਹੋਏ ਕਲਾਕਾਰ ਨੇ, ਔਰ ਬਹੁਤ ਵਧੀਆ ਲਿਖਦੇ ਨੇ ਇਹ। ਮੇਰੀ ਮੁਰਾਦ ਹੈ ਰੁਪਿੰਦਰ ਹੁੰਡਲ ਜੀ ਹੋਣਾ ਨਾਲ, ਜੋ ਕਿ ਇਟਲੀ ਵਿੱਚ ਰਹਿੰਦੇ ਨੇ। ਆਓ ਤੁਹਾਨੂੰ ਰੂਬਰੂ ਕਰਦੇ ਹਾਂ ਇਸ ਉੱਭਰਦੇ ਹੋਏ ਲੇਖਕ ਨਾਲ, ਇੱਕ ਉੱਭਰਦੇ ਹੋਏ ਸ਼ਾਇਰ ਨਾਲ। ਰੁਪਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਇਸ ਪ੍ਰੋਗਰਾਮ ਵਿੱਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੀ ਦਰਸ਼ਕਾਂ ਸਤਿ ਨਾਲ ਸ਼੍ਰੀ ਅਕਾਲ ਅਕਾਲ ਸਰ ਜੀ, ਨਾਲ ਸਤਿ ਸ਼੍ਰੀ ਹਾਂਜੀ, ਅਕਾਲ ਤੁਸੀਂ ਸਰ ਜੀ, ਦਰਸ਼ਕਾਂ ਨਾਲ ਸਤਿ ਸ਼੍ਰੀ ਅਕਾਲ ਨਾਲ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਤੇ ਕੇਟੀਵੀ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀ ਬਦੌਲਤ ਥੈਂਕ ਯੂ ਜੀ, ਮੈਂ ਦੇਸ਼ ਵਿਦੇਸ਼ ਕੇਟੀਵੀ ਵੇਖ ਰਹੀ ਹੈ ਸਰੋਤਿਆਂ ਦੇ ਰੂਬਰੂ ਹੋਣ ਜਾ ਰਿਹਾ ਹਾਂ। ਇਹ ਕੇਟੀਵੀ ਦਾ ਬਹੁਤ ਵੱਡਾ ਉਦਮ ਹੈ ਜੀ, ਜੋ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪੰਜਾਬੀਆਂ ਦੇ ਰੂਹ ਦਾ ਹਣ ਬਣ ਕੇ ਆਪਣੀ ਸੇਵਾ ਨਿਭਾ ਰਿਹਾ ਹੈ। ਇਹੋ ਮੈਂ ਦੋ ਸ਼ਬਦ ਕਹਿਣਾ ਚਾਹੁੰਦਾ ਹਾਂ, ਕਿਉਂਕਿ ਇਹ ਬਹੁਤ ਵਧੀਆ ਉਪਰਾਲਾ ਹੈ। ਅਰਸ਼ਾਦ ਜੀ, ਹਾਂਜੀ ਬੋਲੋ ਰੁਪਿੰਦਰ ਜੀ। ਹਾਂਜੀ, ਜਿੱਦਾਂ ਭਾਜੀ ਅੱਜ ਆਪਣਾ ਟੌਪਿਕ ਰੱਖਿਆ ਨਾ ਦੁਨੀਆਦਾਰੀ ਦਾ, ਤਾਂ ਮੈਂ ਮੇਰੇ ਕੋਲ ਵੈਸੇ ਤਾਂ ਬਹੁਤ ਸਾਰੇ ਰੰਗ ਹੈ ਦੁਨੀਆਦਾਰੀ ਦੇ ਨਾਲ ਰਿਲੇਟਡ ਜਿਹੜੇ ਮੈਂ ਪੇਸ਼ ਕਰਨਾ ਚਾਹੂੰਗਾ। ਪਹਿਲਾਂ ਜਿੱਦਾਂ ਹਾਂਜੀ ਆਪਾਂ ਦੁਨੀਆਦਾਰੀ ਦੀ ਗੱਲ ਰੁਪਿੰਦਰ ਕਰਦੇ ਹਾਂ ਨਾ, ਹੈ ਨਾ, ਜੀ, ਹਾਂਜੀ ਹਾਂਜੀ, ਕਿ ਦੁਨੀਆਦਾਰੀ ਐਕਚੁਅਲੀ ਹੈ ਕੀ ਆ। ਇਹ ਮੇਰੀ ਮੈਂ ਆਪਣੀ ਤੁਹਾਨੂੰ, ਪਰਸਨਲ ਰਾਏ ਹੈ ਨਾ। ਹਾਂਜੀ, ਹਾਂਜੀ ਹਾਂਜੀ ਬੋਲੋ। ਨਹੀਂ, ਮੈਂ ਤੁਹਾਨੂੰ ਇਹ ਪੁੱਛਣਾ ਵੀ ਦੁਨੀਆਦਾਰੀ ਇਸ ਟੌਪਿਕ ਤੇ ਆਉਣ ਤੋਂ ਪਹਿਲਾਂ ਆਪਾਂ, ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ, ਤੁਸੀਂ ਦਰਸ਼ਕਾਂ ਦੇ ਮੋਹਰੇ ਇਹ ਦੱਸੋ ਵੀ ਤੁਸੀਂ ਇੰਡੀਆ ਤੋਂ ਕਿਹੜੇ ਪਿੰਡ ਤੋਂ? ਮੈਂ ਸਰ ਜੀ ਬਿਲੋਂਗ ਕਰਦਾ, ਰੌਲੀ ਪਿੰਡ ਹੈ ਜੀ, ਨਕੋਦਰ ਤਹਿਸੀਲ ਦੇ ਵਿੱਚ, ਜ਼ਿਲ੍ਹਾ ਜਲੰਧਰ ਦੇ ਵਿੱਚ ਹੈ ਨਾ ਜੀ। ਮੈਂ ਉਸ ਪਿੰਡ ਨੂੰ ਬਿਲੋਂਗ ਕਰਦਾ, ਅੱਛਾ, ਰੌਲੀ ਨੂੰ। ਹਾਂਜੀ, ਤੇ ਤੁਹਾਡੀ ਜਿਹੜੀ ਮੁੱਢਲੀ ਜਾਂ ਮੁੱਢਲੀ ਪੜ੍ਹਾਈ ਸੀ ਉਹ ਕਿੱਥੇ ਸ਼ੁਰੂ ਹੋਈ? ਮੇਰੀ ਜਿਹੜੀ ਮੁੱਢਲੀ ਪੜ੍ਹਾਈ ਹੈ ਜੀ, ਉਹ ਸਾਡੇ ਨੇੜੇ ਆ ਇੱਕ ਕਸਬਾ ਕਹਿ ਸਕਦੇ ਇਹਨੂੰ, ਸਮਾਲ ਸਿਟੀ ਮਹਿਤਪੁਰ, ਉਹਦੇ ਤੋਂ ਹੀ ਹਾਂਜੀ, ਮੈਂ ਆਪਣੀ ਜਿਹੜੀ ਆ ਮੁੱਢਲੀ ਵਧੀਆ ਯੋਗਤਾ ਪ੍ਰਾਪਤ ਕੀਤੀ। 10ਵੀਂ ਤੱਕ ਮੈਂ ਜਿਹੜਾ ਖਾਲਸਾ ਬੇਟ ਖਾਲਸਾ ਹਾਈ ਸਕੂਲ, ਉੱਥੋਂ ਮੈਂ ਆਪਣੀ ਗ੍ਰੈਜੂਏਟ ਕੀਤੀ, ਮੈਟ੍ਰਿਕ ਪਾਸ ਕੀਤੀ। ਉਸ ਤੋਂ ਬਾਅਦ ਫਿਰ ਮੈਂ ਹਾਂਜੀ, ਜਿਹੜਾ ਹੈਗਾ ਵਾ ਪਲੱਸ ਟੂ ਕੀਤੀ ਜੀ, ਗੁਰੂ ਨਾਨਕ ਦੇਵ ਜਿਹੜਾ ਹੈਗਾ ਨੈਸ਼ਨਲ ਕਾਲਜ ਹੈਗਾ ਸੀ ਨਕੋਦਰ ਸਾਡੇ ਉੱਥੋਂ। ਉਸ ਤੋਂ ਬਾਅਦ ਜਿਹੜੀ ਆਪਣੀ ਜਿਹੜੀ ਹਾਂਜੀ ਹਾਂਜੀ, ਗ੍ਰੈਜੂਏਸ਼ਨ ਆ ਉਹ ਜੀ ਮੈਂ ਕੀਤੀ ਕਾਲਜ ਨਕੋਦਰ ਤੋਂ ਕੀਤੀ। ਅੱਛਾ ਜੀ, ਤੇ ਹੁਣ ਤੁਸੀਂ ਇਸ ਗੱਲ ਤੇ ਆਈਏ ਆਪਾਂ, ਵੀ ਤੁਹਾਨੂੰ ਜਿਹੜਾ ਲਿਖਣ ਦਾ ਜਾਂ ਜਿਹੜੀ ਸ਼ਾਇਰੀ ਦਾ ਸ਼ੌਂਕ ਪਿਆ, ਇਹ ਕਦੋਂ ਤੋਂ ਪਿਆ? ਇਹ ਦੇਖੋ ਜੀ, ਮੈਂ ਜਦੋਂ ਡੀਏਵੀ ਕਾਲਜ ਦੇ ਵਿੱਚ ਸਟੱਡੀ ਕਰਦਾ ਸੀ ਨਾ, ਉਦੋਂ ਤੋਂ ਹੀ ਮੈਨੂੰ ਸ਼ੌਂਕ ਸੀਗਾ ਲਿਖਣ ਦਾ। ਔਰ ਪਹਿਲਾਂ ਸੀਗਾ ਇੰਨਾ ਨਹੀਂ, ਪਰ ਬਹੁਤਾ ਜ਼ਿਆਦਾ ਜਿਹੜੀ ਮਾਤਰਾ ਦੇ ਵਿੱਚ ਮੈਂ ਜਦੋਂ ਸ਼ੁਰੂ ਕੀਤਾ ਆਪਣਾ ਡੀਏਵੀ ਕਾਲਜ ਦੇ ਦੌਰਾਨ ਹੀ, ਉੱਥੇ ਮੇਰੇ ਬਹੁਤ ਸਾਰੇ ਦੋਸਤ ਮਿੱਤਰ ਸੀ ਜਿਨ੍ਹਾਂ ਨੇ ਮੈਨੂੰ ਬੜਾ ਇਸ ਚੀਜ਼ ਲਿਖਣ ਦੇ ਲਈ ਪ੍ਰੇਰਿਤ ਕੀਤਾ, ਔਰ ਉਹਨਾਂ ਦੀ ਸਦਕਾ ਹੀ ਫਿਰ ਮੈਨੂੰ ਇਹ ਸ਼ੌਂਕ ਹੋਰ ਉੱਠਿਆ ਮੇਰੇ ਮਨ ਦੇ ਵਿੱਚ ਕਿ ਮੈਨੂੰ ਲਿਖਣਾ ਚਾਹੀਦਾ। ਹੌਲੀ ਹੌਲੀ ਫਿਰ ਇਹ ਜਿਹੜਾ ਮੇਰਾ ਸ਼ੌਂਕ ਆ ਉਹ ਜੋ ਹੁਣ ਤੱਕ ਨਿਰੰਤਰ ਜਾਰੀ ਹੈ। ਤੇ ਮੈਨੂੰ ਪਤਾ ਹੈ ਕਿ ਤੁਹਾਡੀ ਮਾਰਕੀਟ ਵਿੱਚ ਕਈ ਕਿਤਾਬਾਂ ਵੀ ਆਈਆਂ ਹੈਗੀਆਂ, ਤੁਸੀਂ ਉਹਦੇ ਬਾਰੇ ਵੀ ਕੁਝ ਹਾਂਜੀ ਸਾਡੇ ਦਰਸ਼ਕਾਂ ਨੂੰ ਦੱਸੋ, ਕਿਹੜੀ ਕਿਹੜੀ ਕਿਤਾਬ ਆਈ ਤੁਹਾਡੀ? ਹਾਂਜੀ, ਹੁਣ ਤੱਕ ਜੀ ਮਾਰਕੀਟ ਦੇ ਵਿੱਚ ਮੇਰੀਆਂ ਟੋਟਲ ਜਿਹੜੀਆਂ 4 ਕਿਤਾਬਾਂ ਆ ਚੁੱਕੀਆਂ, ਜਿਹਦੇ ਵਿੱਚ ਜਿਨ੍ਹਾਂ ਦਾ ਮੇਨ ਜ਼ਿਕਰ ਹੈ ਜੀ, ਅਣਕਹੇ ਬੋਲ ਜਿਹੜੀ ਮੇਰੀ ਪਹਿਲੀ ਕਿਤਾਬ ਸੀ, ਉਸ ਤੋਂ ਬਾਅਦ ਸੁੱਚੇ ਹਾਂਜੀ ਮੋਤੀ, ਉਸ ਤੋਂ ਬਾਅਦ ਹਾਂਜੀ, ਕਾਵਕਣੀਆਂ, ਤੇ ਅਖੀਰ ਦੇ ਵਿੱਚ ਜਿਹੜੀ ਮੈਂ ਲਾਸਟ ਈਅਰ ਗਿਆ ਸੀ ਇੰਡੀਆ, ਉੱਥੇ ਪ੍ਰਕਾਸ਼ਿਤ ਕਰਾਈ ਹੈ ਜੀ, ਸ਼ਬਦ ਸੁਨੇਹ। ਇਹ ਹੁਣ ਤੱਕ ਮੇਰੀਆਂ 4 ਕਿਤਾਬਾਂ ਮਾਰਕੀਟ ਵਿੱਚ ਆ ਚੁੱਕੀਆਂ, ਤੇ ਹੁਣ ਛੇਤੀ ਹੀ ਜਿਹੜੀ ਇਹ ਮੇਰੀ 5ਵੀਂ ਕਿਤਾਬ ਆ, ਜਦੋਂ ਵੀ ਕਿਤੇ ਮੌਕਾ ਮਿਲਿਆ ਉਹ ਮੈਂ ਪ੍ਰਕਾਸ਼ਿਤ ਕਰਾਂਗਾ। ਚਲੋ ਜੀ, ਸਾਡੀ ਦਿਲੋਂ ਦੁਆ ਤੁਹਾਡੇ ਨਾਲ ਕਿ ਤੁਸੀਂ ਉਹ ਜਲਦੀ ਜਲਦੀ ਸਾਡੇ ਸ਼ਰੋਤਿਆਂ ਦੇ ਜਾਂ ਪਾਠਕਾਂ ਦੇ ਰੂਬਰੂ ਕਰੋ। ਤੇ ਹੁਣ ਆਪਾਂ ਗੱਲ ਕਰਦੇ ਹਾਂ ਰੁਪਿੰਦਰ ਜੀ, ਜਿਹੜੇ ਅੱਜ ਦਾ ਟੌਪਿਕ ਹੈ ਦੁਨੀਆਦਾਰੀ, ਲੇਕਿਨ ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਆਪਣੇ ਹਾਂਜੀ ਦਰਸ਼ਕਾਂ ਨੂੰ ਵੀ, ਦਰਸ਼ਕੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ, ਤੁਸੀਂ ਦੇਖ ਰਹੇ ਹੋ ਸਕਰੀਨ ਤੇ 01212895000, ਸੋ ਪਲੀਜ਼ ਇਸ ਨੰਬਰ ਤੇ ਫੋਨ ਕਰੋ ਜੇ ਤੁਸੀਂ ਕੁਝ ਲਿਖਿਆ, ਕਿਉਂਕਿ ਇਹ ਪ੍ਰੋਗਰਾਮ ਤੁਹਾਡਾ ਆਪਣਾ ਹੈ। ਸੋ ਜੇ ਤੁਸੀਂ ਵੀ ਆਪਣੀ ਹਾਜ਼ਰੀ ਲਾਉਣਾ ਚਾਹੁੰਦੇ ਹੋ ਇਸ ਪ੍ਰੋਗਰਾਮ ਵਿੱਚ,
ਫੋਨ ਚੱਕੋ ਤੇ ਫੋਨ ਕਰੋ, ਸਾਡੇ ਨਾਲ ਗੱਲ ਕਰੋ ਤੇ ਜੋ ਆਪਣੇ ਵਿਚਾਰ ਨੇ ਜੋ ਤੁਸੀਂ ਲਿਖਦੇ ਹੋ ਉਹ ਸਾਰੀ ਦੁਨੀਆ 'ਚ ਸ਼ਰੋਤਿਆਂ ਦੇ ਰੂਬਰੂ ਕਰੋ। ਹਾਂਜੀ ਰੁਪਿੰਦਰ ਜੀ, ਤੁਸੀਂ ਕੀ ਕਹਿਣਾ ਚਾਹੋਗੇ ਇਸ ਜਿਹੜਾ ਟੌਪਿਕ ਆਪਾਂ ਰੱਖਿਆ ਦੁਨੀਆਦਾਰੀ ਇਹਦੇ ਬਾਰੇ? ਹਾਂਜੀ, ਜਿੱਦਾਂ ਮੈਂ ਪਹਿਲਾਂ ਦੱਸਣ ਦਾ ਯਤਨ ਕਰ ਰਿਹਾ ਸੀਗਾ ਕਿ ਦੁਨੀਆਦਾਰੀ ਜਿਹੜਾ ਅੱਜ ਆਪਾਂ ਵਿਸ਼ਾ ਚੂਜ਼ ਕੀਤਾ ਵੀਰ ਜੀ, ਇਹ ਸ਼ਬਦ ਆਪਣੇ ਆਪ ਦੇ ਵਿੱਚ ਇਹਦੇ ਵਿੱਚ ਸਾਰੇ ਸਵਾਲਾਂ ਦੇ ਸਾਡੇ ਜਵਾਬ ਮਿਲ ਜਾਂਦੇ ਹਨ ਜੀ। ਕਿਉਂਕਿ ਦੁਨੀਆਦਾਰੀ ਦੇ ਵਿੱਚ ਰੰਗ ਹੀ ਇੰਨੇ ਜ਼ਿਆਦੇ ਆ ਕਿ ਤੁਸੀਂ ਇਹਨਾਂ ਨੂੰ ਧਿਆਨ ਨਾਲ ਦੇਖੋ ਤਾਂ ਕੋਈ ਨਾ ਕੋਈ ਰੰਗ ਜਿਹੜਾ ਹੈਗਾ ਤੁਹਾਨੂੰ ਇਦਾਂ ਦਾ ਲੱਗ ਜੂਗਾ ਕਿ ਤੁਹਾਨੂੰ ਲੱਗੂਗਾ ਵੀ ਯਾਰ ਇਹ ਤੇ ਮੇਰੀ ਗੱਲ ਆ, ਜਿੱਦਾਂ ਮੇਰੀ ਲਾਈਫ ਦੇ ਬਾਰੇ ਆ, ਜਾਂ ਇਹ ਯਾਰ ਫਲਾਣੇ ਬੰਦੇ ਦੇ ਨਾਲ ਹੈਗੀ ਨਾ, ਇਹ ਰਲਦੀ ਗੱਲ ਆ। ਤੇ ਦੁਨੀਆਦਾਰੀ ਮੈਨੂੰ ਲੱਗਦਾ ਕਿ ਜਿਹੜੀ ਦੁਨੀਆ ਜਿਹਦੇ ਵਿੱਚ ਅਸੀਂ ਵਿਚਰਦੇ ਆ ਤੇ ਦੁਨੀਆਦਾਰੀ ਉਹ ਆ ਜਿਹੜੀ ਅਸੀਂ ਨਿਭਾਉਂਦੇ ਆ, ਹਨਾ। ਮੇਰੇ ਖਿਆਲ ਦੇ ਨਾਲ ਤੇ ਇਹੀ ਡੈਫੀਨੇਸ਼ਨ ਦਊਂਗਾ ਜੀ ਦੁਨੀਆਦਾਰੀ ਦੀ। ਤੇ ਤੁਸੀਂ ਇਸੇ ਦੁਨੀਆਦਾਰੀ ਦੇ ਨਾਲ, ਕੁਝ ਲਿਖਿਆ ਇਹਦੇ ਬਾਰੇ, ਦੁਨੀਆਦਾਰੀ ਬਾਰੇ ਅੱਜ? ਹਾਂਜੀ, ਮੈਂ ਇਹਦੇ ਜਿਹੜੇ ਬਾਬਤੀ ਤੁਹਾਡੇ ਨਾਲ ਜਿਹੜੀ ਆਪਣੀ ਪਹਿਲੀ ਰਚਨਾ ਜੋ ਕਰੂੰਗਾ ਤੁਹਾਡੇ ਨਾਲ ਸ਼ੇਅਰ ਕਰੂੰਗਾ, ਤੇ ਉਹ ਰਚਨਾ ਹੈ ਜੀ ਮੇਰੀ, ਹਾਂਜੀ ਮੇਰੀ ਜਿਹੜੀ ਰਚਨਾ ਹੈ ਦੁਨੀਆਦਾਰੀ ਦੇ ਬਾਰੇ ਹੈ। ਔਰ ਇਹਦੇ ਵਿੱਚ ਭਾਜੀ ਤੁਸੀਂ ਨੋਟ ਕਰਿਓ ਕਿ ਕਾਫੀ ਚੀਜ਼ਾਂ ਇਦਾਂ ਦੀਆਂ ਕਿ ਜਿਹੜੀਆਂ ਸਾਡੇ ਜਿਹੜਾ ਸਮਾਜ ਹੈ ਨਾ, ਖਾਸ ਕਰਕੇ ਜਿਹੜਾ ਪੰਜਾਬੀ ਸਾਡਾ ਸਮਾਜ ਆ, ਉਹਦੇ ਨਾਲ ਬਹੁਤ ਜ਼ਿਆਦਾ ਇਹ ਮੇਲ ਖਾਂਦੀਆਂ। ਤੋ ਹੁਣ ਮੈਂ ਤੁਹਾਡੇ ਨਾਲ ਕਰਨ ਜਾ ਰਿਹਾ ਜਿਹੜੀ ਰਚਨਾ ਹੈ ਉਹਦੇ ਵਿੱਚ ਇਹ ਕਹਿਣ ਦਾ ਕੀਤਾ ਗਿਆ, ਕੀ ਕਹਿਣਗੇ ਲੋਕੀ ਬਸ ਇਹ ਗੱਲ ਹੀ ਕਹਿਰ ਗੁਜ਼ਾਰ ਗਏ, ਕੀ ਕਹਿਣਗੇ ਲੋਕੀ ਬਸ ਇਹ ਗੱਲ ਹੀ ਕਹਿਰ ਗੁਜ਼ਾਰ ਗਈ, ਚੰਗੇ ਭਲਿਆਂ ਲੋਕਾਂ ਨੂੰ ਬਸ ਦੁਨੀਆਦਾਰੀ ਮਾਰ, ਕੀ ਕਹਿਣਗੇ ਲੋਕੀ ਬਸ ਇਹ ਗੱਲ ਹੀ ਕਹਿਰ ਗੁਜ਼ਾਰ ਗਈ, ਚੰਗੇ ਭਲਿਆਂ ਲੋਕਾਂ ਨੂੰ ਬਸ ਦੁਨੀਆਦਾਰੀ ਮਾਰ ਗਈ। ਜੇ ਨਾ ਵਿਆਹ ਵਿੱਚ ਖਰਚਾ ਕੀਤਾ ਕਰੂ ਸ਼ਰੀਕਾ ਗੱਲਾਂ ਬਈ, ਫੋਕੀ ਸ਼ੌਹਰਤ ਦੇ ਲਈ ਮੈਂ ਵੀ ਕਰਜ਼ਾ ਚੱਕਣ ਚ ਫੋਕੀਆਂ ਇਹਨਾਂ ਰੀਤਾਂ ਅੱਗੇ ਮੇਰੀ ਹਿੰਮਤ ਹਾਰ ਗਈ, ਕੀ ਕਹਿਣਗੇ ਲੋਕੀ ਬਸ ਇਹ ਗੱਲ ਹੀ ਕਹਿਰ ਗੁਜ਼ਾਰ ਗਈ, ਚੰਗਿਆਂ ਭਲਿਆਂ ਲੋਕਾਂ ਨੂੰ ਬਸ ਦੁਨੀਆਦਾਰੀ ਮਾਰ ਗਈ। ਚੰਗਾ ਭਲਾ ਤਾਂ ਘਰ ਸੀ ਹਾਲੇ, ਪਰ ਅੱਜ ਉਹ ਵੀ ਢਾ ਦਿੱਤਾ, ਤੂੰ ਵੀ ਮਹਿਲ ਬਣਾ ਲਾ ਮਿੱਤਰਾ, ਸਭ ਨੇ ਇਹੀ ਸੁਝਾਅ ਦਿੱਤਾ। ਗੁੱਡੀ ਚੜੀ ਸਰੀਕਾਂ ਦੀ ਵੀ ਸੀਧਾ ਮੇਰਾ ਸਾੜ ਗਈ, ਕੀ ਕਹਿਣਗੇ ਲੋਕੀ ਬਸ ਇਹ ਗੱਲ ਹੀ ਕਹਿਰ ਗੁਜ਼ਾਰ ਗਈ, ਚੰਗਿਆਂ ਭਲਿਆਂ ਲੋਕਾਂ ਨੂੰ ਬਸ ਦੁਨੀਆਦਾਰੀ ਮਾਰ। ਵੇਚ ਬੈਠਾ ਹਾਂ ਬਾਪੂ ਵਾਲੀ ਪੈਲੀ ਜੋ 5 ਕਿੱਲੇ ਸੀ, ਵੇਚ ਬੈਠਾ ਹਾਂ ਬਾਪੂ ਵਾਲੀ ਪੈਲੀ ਜੋ 5 ਕਿੱਲੇ ਸੀ, ਢਿੱਡ ਸੀ ਭੁੱਖਾ ਕਈ ਦਿਨਾਂ ਤੋਂ, ਨੈਣ ਵੀ ਮੇਰੇ ਗਿੱਲੇ ਸੀ, ਰੌਲੀ ਵਾਲਿਆ ਲੈ ਕੇ ਫਾਹਾ, ਮੈਂ ਚੁੱਪ ਸਦਾ ਲਈ ਧਾਰ ਲਈ, ਕੀ ਕਹਿਣਗੇ ਲੋਕੀ ਬਸ ਇਹ ਗੱਲ ਹੀ ਕਹਿਰ ਗੁਜ਼ਾਰ ਗਈ, ਚੰਗੇ ਭਲਿਆਂ ਲੋਕਾਂ ਨੂੰ ਬਸ ਦੁਨੀਆਦਾਰੀ ਮਾਰ ਗਈ। ਇਹ ਦੁਨੀਆਦਾਰੀ ਮਾਰ ਕੀ ਬਾਤ ਹੈ, ਕੀ ਬਾਤ ਹੈ, ਬਹੁਤ ਵਧੀਆ। ਵਾਕਈ ਜਿਹੜੀ ਦੁਨੀਆਦਾਰੀ ਹੈ ਇਹ ਮਾਰ ਜਾਂਦੀ ਹੈ, ਨਿਭਾਣੀ ਪੈਂਦੀ ਹੈ ਆਪਾਂ ਨੂੰ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਹਾਸਤਾ ਉੱਤੋਂ ਉੱਤੋਂ ਲਈਦਾ ਦੁਨੀਆਦਾਰੀ ਨਿਭਾਉਣ ਲਈ, ਨਹੀਂ ਤਾਂ ਕਬਰਾਂ ਜਹੀ ਖਾਮੋਸ਼ੀ ਜਿਹੜੀ ਦਿਲ ਨੂੰ ਚੀਰਦੀ ਹੈ, ਹਨਾ। ਆਪਾਂ ਹੱਸੀ ਦਾ ਤਾਂ ਹੈਗਾ ਆ, ਲੇਕਿਨ ਕਈ ਵਾਰੀ ਸਿਰਫ ਇਸ ਕਰਕੇ ਹੱਸੀ ਦਾ ਵੀ ਦੁਨੀਆਦਾਰੀ ਚ ਵਿਚਰਨਾ ਪੈਂਦਾ ਆਪਾਂ ਨੂੰ, ਲੇਕਿਨ ਜਿਹੜਾ ਆਪਣਾ ਅੰਦਰੋਂ ਆ ਉਹ ਬਹੁਤ ਟੁੱਟਿਆ ਹੁੰਦਾ, ਹਨਾ। ਪਰ ਕੀ ਕਰੀਏ, ਕਹਿੰਦੇ ਤੁਸੀਂ ਕਿਹਾ ਵੀ ਹਾਂ ਦੁਨੀਆਦਾਰੀ ਨਿਭਾਈ ਜਾਂਦੀ ਹੈ। ਹਾਂਜੀ, ਕਿ ਜਦੋਂ ਆਪਾਂ ਭਾਜੀ ਸਮਾਜ ਦੇ ਵਿੱਚ ਵਿਚਰਦੇ ਆ ਨਾ, ਤੇ ਸਾਨੂੰ ਕਈ ਵਾਰੀ ਵੈਸੇ ਤਾਂ ਹੋਣਾ ਇਦਾਂ ਚਾਹੀਦਾ ਕਿ ਤੁਹਾਨੂੰ ਤੁਹਾਡੀ ਆਪਣੀ ਲਾਈਫ ਆ, ਤੁਹਾਨੂੰ ਆਪਣੇ ਢੰਗ ਨਾਲ ਜਿਉਣੀ ਚਾਹੀਦੀ ਆ, ਪਰ ਇਹ ਦੁਨੀਆਦਾਰੀ ਇਸ ਤਰ੍ਹਾਂ ਦੀ ਚੀਜ਼ ਆ ਕਿ ਤੁਹਾਨੂੰ ਤੁਹਾਡੀ ਲਾਈਫ ਨੂੰ ਵੀ ਜੀਣ ਨਹੀਂ ਦਿੰਦੀ। ਜੇ ਤੁਸੀਂ ਕੋਈ ਚੰਗਾ ਕੰਮ ਵੀ ਕਰਦੇ ਆ ਤਾਂ ਉਹਦੇ ਵਿੱਚ 4 ਬੰਦਿਆਂ ਨੇ ਆ ਕੇ ਤੁਹਾਨੂੰ ਰੋਕਣਾ ਟੋਕਣਾ ਜ਼ਰੂਰ ਆ ਵੀ ਯਾਰ ਆਹ ਕੀ ਕਰਨ ਡਿਆ ਜਾਂ ਤੈਨੂੰ ਇੱਦਾਂ ਕਰਨਾ ਚਾਹੀਦਾ, ਹਨਾ। ਸੋ ਇਹ ਆ ਵੀ ਦੁਨੀਆਦਾਰੀ ਸਾਡੀ ਜਿਹੜੀ ਆ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਕਿਰਦਾਰ ਅਦਾ ਕਰਦੀ ਹੈ, ਹਨਾ। ਵਾਕਈ ਇਹ ਗੱਲ ਸਹੀ ਹੈ, ਲੇਕਿਨ ਜਿਸ ਤਰ੍ਹਾਂ ਕਿਹਾ ਵੀ ਜਦੋਂ 4 ਬੰਦੇ ਆਉਂਦੇ ਵਿੱਚ ਰੋਕਦੇ ਵੀ ਆ ਕੇ, ਪਰ ਮਤਲਬ ਵੀ ਯਾਰ ਵੀ ਹੁੰਦੇ ਆ ਜਿਹੜੇ ਵਿੱਚ ਕਈ ਵੀ। ਪਰ ਮੈਂ ਇਹ ਗੱਲ ਕਹਿੰਦਾ ਵੀ ਮਤਲਬ ਵੀ ਜਿਹੜੇ ਲੋਕਾਂ ਨਾਲ ਰਹਿਣ ਦਾ ਮਜ਼ਾ ਵੱਖਰਾ ਹੀ ਹੁੰਦਾ ਆ, ਹਨਾ।
ਬਿਲਕੁਲ ਜੀ, ਕਿਉਂਕਿ ਕਿਉਂਕਿ ਦੁਨੀਆ ਪੁਰਾਣੀ ਥੋੜੀ ਤਕਲੀਫ ਹਾਂ ਜ਼ਰੂਰ ਹੁੰਦੀ ਹੈ ਆਪਾਂ ਨੂੰ, ਲੇਕਿਨ ਇਹ ਹੈ ਵੀ ਸਾਨੂੰ ਪਤਾ ਲੱਗ ਜਾਂਦਾ ਵੀ ਲੋਕੀ ਜਿਹੜੇ ਦੁਨੀਆ 'ਚ ਉਹਨਾਂ 'ਚ ਆਪਾਂ ਦੁਨੀਆ ਦੇ ਦਰਸ਼ਨ ਹੋ ਜਾਂਦੇ ਵੀ ਇਹ ਬੰਦੇ ਕਿਸ ਤਰ੍ਹਾਂ ਦੇ ਆ। ਰਵਿੰਦਰ ਜੀ ਆਪਾਂ ਨੂੰ ਕਾਲ ਬਿਲਕੁਲ ਆ ਜੀ, ਗਈ, ਆਪਾਂ ਅਸੀਂ ਇੱਕ ਪਹਿਲਾਂ ਕਾਲ ਲੈ ਲਈਏ ਕਿਉਂਕਿ ਉਸ ਤੋਂ ਬਾਅਦ ਫਿਰ ਆਪਾਂ ਗੱਲ ਨੂੰ ਜਾਰੀ ਰੱਖਾਂਗੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਸਭੀ ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਸਤਿ ਸ਼੍ਰੀ ਅਕਾਲ ਬੋਲ ਰਿਹਾ ਜੀ। ਹਾਂਜੀ ਹਾਂਜੀ, ਜੀ ਭਗਤ ਜੀ ਦੀ ਆਇਆਂ ਨੂੰ ਜੀ ਆਇਆਂ ਨੂੰ। ਦੁਨੀਆਦਾਰੀ ਤੇ ਕਾਨੀ ਆ, ਹਾਂਜੀ ਮੇਰੀ ਕਵਿਤਾ 5 ਮਿੰਟ ਦੀ ਆ, ਬੜੇ ਪਿਆਰ ਨਾਲ ਸੁਣਨੀ ਪੈਣੀ ਆ। ਮਹਾਰਾਜ ਤੁਹਾਡੇ, ਅਸੀਂ ਹਮੇਸ਼ਾ ਹੀ ਪਿਆਰ ਨਾਲ ਸੁਣੀਦਾ, ਤੁਸੀਂ ਬਸ ਸ਼ੁਰੂ ਕਰੋ। ਓਕੇ ਸਰ, ਲਿਖਿਆ ਹੈ ਕਿ ਅੱਜ ਨੇ ਕੱਲ ਇਹ ਹੋ ਜਾਣਾ ਦੋਸਤੋ, ਇਹ ਅਟਲ ਸਚਾਈ, ਸਮੇਂ ਦੀ ਹਿੱਕ ਤੇ ਲੀਕ ਕਿਹਨੇ ਹੈ ਭਾਈ। ਅਜਲਾਂ ਤੋਂ ਤੁਰਿਆ ਆ ਰਿਹਾ ਇਹ ਨਿਰੰਤਰ ਰਾਹੀ, ਲੋਕੋ ਅੱਜ ਨੇ ਕੱਲ ਹੋ ਜਾਣਾ ਹੈ ਅਟਲ ਸਚਾਈ, ਸਮੇਂ ਦੀ ਹਿੱਕ ਤੇ ਲੀਕ ਕਿਹਨੇ ਹੈ ਭਾਈ। ਧੀਆਂ ਪ੍ਰਦੇਸ਼ਣ ਹੋ ਜਾਣੀਆਂ, ਸੁਣਨ ਵਾਲੀਆਂ ਬਾਤਾਂ, ਇੰਜ ਧੀਆਂ ਪ੍ਰਦੇਸ਼ਣ ਹੋ ਜਾਣੀਆਂ, ਪੁੱਤਰਾਂ ਨੂੰ ਨੋਹਾਂ ਲੈ ਜਾਣਗੀਆਂ, ਇਹ ਰੰਗ ਫਿਰਦੇ ਭਾਈ। ਹਾਂ, ਮਾਂ ਬਾਪ ਆਪਣੇ ਬੱਚੇ ਸਿਆਣਪਾ ਸੰਗ ਪਾਲਦੇ, ਦਿਨ ਰਾਤ ਮਿਸ਼ਕਤ ਕਾਲਦੇ, ਕੋਈ ਤਰੁੱਟੀ ਨਾ ਰਹਿ ਜਾਏ, ਇਹ ਸਾਡੇ ਭਵਿੱਖ ਦੇ ਦਾਅਵੇ, ਜੋ ਸਾਨੂੰ ਬੁੱਢੇ ਵਕਤ ਸੰਭਾਲਦੇ। ਰੋਮੀ ਇਹ ਸਾਡੀ ਖੁਸ਼ੀ, ਇਹ ਸਾਡੀ ਰੋਸ਼ਨੀ ਦੇ ਚਿਰਾਗ, ਇਹਨਾਂ ਦੀਵਿਆਂ ਚੋਹਾਂ ਪਾਲਦੇ, ਵਸਦੇ ਘਰਾਂ ਦੇ ਦੀਪ, ਇਹ ਸੋਹਣੇ ਮਨਮੋਹਣੇ ਬੱਚੇ ਮਨਮੋਹਣੇ, ਇਹ ਸਾਡਾ ਸੰਸਾਰ ਸਤਾਈ ਮੇਰੇ ਦੋਸਤੋ, ਪਰ ਸਮੇਂ ਦੀ ਇੱਕ ਢਿੱਲੀ ਕਿਹਨੇ ਹੈ ਭਾਈ। ਇਹ ਔਲਾਦ ਸੁਣਨਾ ਖਿਆਲ ਨਾ, ਹਰ ਜੋੜੇ ਦੀ ਰੱਬੀ ਰਹਿਮਤ, ਕਾਦੇ ਅਨਮੋਲ ਮੁਰਾਦ, ਜਾਣਿਓ ਇੱਕ ਅਮੁੱਲੀ ਸੌਗਾਤ, ਪੁੱਛ ਵੇਖਣਾ ਉਸ ਪਰ ਸੀਪ ਤਾਈ, ਜਿਨ੍ਹਾਂ ਨੂੰ ਨਿਹਮਤ ਖੁਦਾ ਨੇ ਬਖਸ਼ੀ ਨਹੀਂ, ਕਿੰਝ ਦਰ ਦਰ ਮੰਗਦੇ ਫਿਰ ਨਿਰਾਲੀ ਖੈਰਾਤ, ਉਹ ਖੁਆਬਾਂ ਜਿਉਂਦੇ ਨਿਤ ਮੜੀਆਂ ਮਸੀਤਾਂ ਦੇ ਧੂਪ ਦਿਖਾਉਂਦੇ, ਕਿਧਰੋਂ ਰੇਖ ਮੇਖ ਲੱਗ ਜਾਏ ਉਹ ਬਣ ਜਾਏ ਵਿਗੜੀ ਬਾਤ, ਆਸ ਦਾ ਦੀਵਾ ਸਾਡੇ ਘਰੀ ਬਲੇ, ਔਲਾਦਹੀਣ ਰਹਿੰਦੇ ਦਲੇ ਮਲੇ, ਦਾਤਾ ਧੀਆਂ ਪੁੱਤਾਂ ਦੀ ਦਾਤ, ਸਭ ਦੇ ਲੇਖੀ ਹੋਵੇ ਬਖਸ਼ਾਈ, ਪਰ ਕਿਉਂ ਸਮੇਂ ਦੀ ਹਿੱਕ ਤੇ ਲੀਕ ਕਿਹਨੇ ਹੈ ਭਾਈ। ਇਹਦਾ ਅਜਲਾਂ ਤੋਂ ਟੁੱਟਿਆ ਆ ਰਿਹਾ ਨਿਰੰਤਰ ਰਾਹੀ, ਅੱਜ ਨੇ ਕੱਲ ਹੋ ਜਾਣਾ ਅਟਲ ਸਚਾਈ, ਜੀਵਨ ਹਰ ਇੱਕ ਨੇ ਜਿਉਣਾ ਸਬਜੀ ਜੀ, ਦੁੱਖ ਸੁੱਖ ਹਰ ਜਿਉਂਦੀ ਜਾਨ ਨੂੰ ਆਉਣਾ, ਇਹ ਮੁਸ਼ਕਿਲ ਨਹੀਂ ਸਮਝਣਾ ਸਮਝਾਉਣਾ, ਕਿਉਂ ਕਿ ਬਚਪਨ ਜਵਾਨੀ ਤੇ ਬੁਢਾਪਾ, ਜ਼ਿੰਦਗੀ ਦੇ 3 ਪੜਾਅ, ਆਖਿਰ ਮੌਤ ਸਭ ਲਈ ਇੰਤਹਾ, ਸਭ ਦਾ ਅੰਤ ਸੱਚਮੁੱਚ ਹੈ ਆਉਣਾ। ਬੁਢਾਪਾ ਅਕਸਰ ਬਿਮਾਰੀ ਦਾ ਘਰ, ਸਦਾ ਲੋੜੀਂਦੇ ਹੋਏ ਸਹਾਇਕ ਨਜ਼ਰ, ਕੋਈ ਸਹਾਇਕ ਨਜ਼ਰ ਹੋਵੇ ਆਪਾਂ ਚਾਹੁੰਦੇ ਕਿ ਨਹੀਂ, ਆਪਣੀ ਨੇਕ ਔਲਾਦ ਬਣ ਜਾਏ ਸੁਹਾਗੇ ਤੇ ਸੋਨਾ, ਪਰ ਭਾਰਤ 'ਚ ਕੋਈ ਸੋਸ਼ਲ ਸਿਕਿਉਰਿਟੀ ਅਦਾਰਾ ਨਹੀਂ, ਪੁੱਤਰਾਂ ਬਾਅਦ ਦੂਸਰਾ ਕੋਈ ਸਹਾਰਾ ਨਹੀਂ, ਤਾਈਆਂ ਪੁੱਤਾਂ ਦੀ ਕੀਮਤ ਗੰਡ ਜਹਾਨਾ, ਸਤਪੁਰਾਂ ਆਪੂ ਫਰਮਾਈ, ਪੁੱਤਰੀ ਗੰਢ ਜਹਾਨਾ ਆਪ ਜਾਣਦੇ ਹੋ, ਪਰ ਸਮੇਂ ਦੀ ਹਿੱਕ ਤੇ ਲੀਕ ਕਿਹਨੇ ਹੈ ਭਾਈ। ਹੁਣ ਸੁਣਨਾ ਖਿਆਲ ਨਾ, ਕਿ ਪੁੱਤਾਂ ਜਿਸ ਵੇਲੇ ਖੀਰ ਆਉਂਦੀ ਹੈ ਨਾ, ਕਿ ਪੁੱਤਾਂ ਮਿਲਖਾਂ ਵੰਡੀਆਂ ਤੇ ਨੋਹਾਂ ਫੋਲੇ ਸੰਦੂਕ, ਜਾਂ ਮਾਂ ਪਿਓ ਜਹਾਨੋ ਕਰੇਂਦੇ ਕੂਚ, ਧੀਆਂ ਦੇ ਪੋਤੇ ਪੂੰਝਦੇ, ਮਾਂ ਪਿਓ ਦੀ ਅੱਖਾਂ ਦੇ ਨੀਰ, ਜਦ ਜਨਮ ਸਿੰਦੜਿਆਂ ਦੀ ਆਉਂਦੀ ਅਖੀਰ, ਤਤੜੀ ਦੇ ਭਾਗੀ ਇਹੋ ਦਰਦੀ ਹੂ, ਇਹਦੂ ਬਾਅਦ ਉਹਨੂੰ ਕੁਛ ਨਹੀਂ ਮਿਲਦਾ, ਜ਼ਿੰਦਗੀ ਦੇ ਤਲਖ ਹਕੀਕਤ, ਸਮਾਜ ਸਿੱਧਦਾ ਮੁੱਖੀ ਕੀਮਤ, ਆਪਾਂ ਹੀ ਬਾਈਓ ਆ, ਜ਼ਿੰਦਗੀ ਦੇ ਤਲਖ ਹਕੀਕਤ, ਸਮਾਜ ਸਿੱਧਦਾ ਮਨੁੱਖੀ ਕੀਮਤ, ਇਹ ਹੈ ਇਨਸਾਨੀ ਫਿਤਰਤ,
ਜਿਹਨੂੰ ਜਾਣੀਏ ਹੱਕ ਹਕੂਕ, ਪੁੱਤਾਂ ਨੂੰ ਮਿਲਣਾ ਧੀਆਂ ਨੂੰ ਕੱਖ ਨੀ ਮਿਲਣਾ। ਪਿਆਰੇ ਸੰਸਾਰੀ ਬੰਦਿਆਂ ਪਾ ਲੈ ਬਿੱਤਾਂ ਤੇ ਪਾੜੇ, ਜੀਵਨ ਚ ਬਣ ਗਿਆ ਜੇ ਮੂਲ ਪਾੜੇ, ਸਮਾਨਤਾ ਹੀ ਆਖਰ ਹੋਏਗੀ ਸੁਖਦਾਇਕ ਸਹਾਈ। ਮੇਰੇ ਦੋਸਤ ਸਮੇ ਦੀ ਹਿੱਕ ਤੇ ਲੀਕ ਕਿਨੇ ਹੈ ਬਾਈ, ਇਹ ਤਾਂ ਅਜਲਾਂ ਤੋਂ ਟੁਰਿਆ ਆ ਰਿਹਾ ਨਿਰੰਤਰ ਸਚਾਈ, ਅੱਜ ਨੀ ਕੱਲ ਹੋ ਜਾਣਾ ਹੈ ਅਟਲ ਸਚਾਈ। ਇੰਜ ਧੀਆਂ ਪਰਦੇਸਣ ਹੋ ਜਾਣੀਆਂ, ਪੁੱਤਰਾਂ ਨੂੰ ਨੂਹਾਂ ਲੈ ਜਾਣਗੀਆਂ, ਰੰਗ ਕੁਦਰਤ ਦੇ ਭਾਈ, ਰੰਗ ਕੁਦਰਤ ਦੇ ਭਾਈ, ਸਮੇ ਦੀ ਹਿੱਕ ਤੇ ਲੀਕ ਕਿਨੇ ਹੈ ਬਾਈ। ਇਹ ਸੀ ਜੀ ਮੇਰੀ ਕਵਿਤਾ, ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਗੀ। ਅਸੀਂ ਸਮਾਜ ਬਣਾਇਆ ਹੈ, ਅਸੀਂ ਇਸ ਤਰ੍ਹਾਂ ਵਿਚਰਦੇ ਹਾਂ, ਪਰ ਅਸੀਂ ਇੰਨਾ ਕੁ ਸਹੀ ਹਾਂ, ਇਹ ਤੁਹਾਡਾ ਜਿਹੜੇ ਸਰੋਤੇ ਸੁਣਨ ਵਾਲੇ ਉਹਨਾਂ ਦਾ ਆਪਣਾ ਖਿਆਲ ਹੋਏਗਾ। ਮੇਰਾ ਮੈਂ ਆਪ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ ਜੋ ਮੈਨੂੰ ਸਮਾਂ ਦਿੱਤਾ, ਪਰ ਮੈਂ ਆਪਣੇ ਦਿਲ ਦੀ ਗੱਲ ਤੁਹਾਡਾ ਸਾਂਝੀ ਕੀਤੀ ਹੈ। ਟੀਵੀ ਦਾ ਮੈਨੀ ਮੈਨੀ ਥੈਂਕ, ਥੈਂਕ ਯੂ ਵੈਰੀ ਮਚ ਜੀ ਤੁਹਾਡਾ ਪ੍ਰੋਗਰਾਮ ਚਾਹਣ ਲਈ। ਤੁਸੀਂ ਵਾਕਈ ਹਮੇਸ਼ਾ ਜਦੋਂ ਆਉਂਦੇ ਹੋ ਬਹੁਤ ਵਧੀਆ ਗੱਲ ਕਰਕੇ ਜਾਂਦੇ ਹੋ, ਬਹੁਤ ਵਧੀਆ ਸ਼ਾਇਰੀ ਕਰਦੇ ਹੋ, ਸ਼ਾਇਰੀ ਕਰਦੇ ਹੋ, ਮਾਈਕ ਤੁਹਾਨੂੰ ਚੜ੍ਹਦੀਆਂ ਗੱਲਾਂ 'ਚ ਰੱਖੇ। ਤੇ ਦੇਖਿਆ ਰੁਪਿੰਦਰ ਜੀ ਕਿਸ ਤਰ੍ਹਾਂ ਸਾਡੇ ਬੰਗੜ ਜੀ ਨੇ ਇਹਨਾਂ ਬਹੁਤ ਵਧੀਆ ਹਮੇਸ਼ਾ ਆ ਕੇ ਸਾਡੇ ਨਾਲ ਸ਼ਿਰਕਤ ਕਰਦੇ ਨੇ ਪ੍ਰੋਗਰਾਮ ਵਿੱਚ, ਔਰ ਬਹੁਤ ਵਧੀਆ ਲਿਖਦੇ ਨੇ। ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਦੀ ਸ਼ਾਇਰੀ ਬਾਰੇ? ਬਹੁਤ ਬਹੁਤ ਵਧੀਆ ਜੀ, ਬੰਗੜ ਸਾਹਿਬ ਨੇ ਤੇ ਕਮਾਲ ਕਰ ਦਿੱਤੀ, ਦੁਨੀਆਂ ਦੇ ਸਾਰੇ ਰੰਗ ਜਿਹੜੇ ਇਹਨਾਂ ਨੇ ਦੱਸ ਦਿੱਤੇ ਵੀ ਸਮੇਂ ਦੀ ਹਿੱਕ ਤੇ ਲੀਕ ਕਿੰਨੇ ਹੈ ਪਾਈ, ਹਨਾ। ਇਹਦੇ ਵਿੱਚ ਮੇਰੇ ਖਿਆਲ ਨਾਲ ਤੁਸੀਂ ਸਾਰੇ ਜੋ ਦੁਨੀਆਦਾਰੀ ਵਾਲੇ ਰੰਗ ਜਿਹੜੇ ਨੇ ਕਾਫੀ ਤੁਹਾਨੂੰ ਉਹਦੇ ਵਿੱਚ ਮਿਲ ਗਿਆ, ਉਹਨੇ ਸੱਚਾਈ ਦਾ ਪਤਾ ਲੱਗ ਗਿਆ ਹੋਵੇਗਾ, ਜਾਂ ਸੱਚਾਈ ਇੱਕ ਬਿਆਨ ਕੀਤੀ ਹੈ ਜੀ ਦਾ। ਵਾਕਈ ਸੋ, ਹੋਰ ਤੁਸੀਂ ਕੀ ਕਹਿਣਾ ਚਾਹੋਗੇ ਦੁਨੀਆਦਾਰੀ ਦੇ, ਕੀ ਲਿਖ ਕੇ ਲਿਆਂਦਾ ਅੱਜ ਸਾਡੇ ਸ਼ਰੋਤਿਆਂ ਲਈ? ਹਾਂਜੀ, ਮੈਂ ਜਿਹੜਾ ਦੁਨੀਆਦਾਰੀ ਦੇ ਬਾਬਤ ਹੀ ਆ ਜੀ ਮੇਰੀ ਜਿਹੜੀ ਦੂਜੀ ਰਚਨਾ, ਔਰ ਇਹ ਮੈਨੂੰ ਲੱਗਦਾ ਕਿ ਜਦੋਂ ਅਸੀਂ ਜਵਾਨੀ 'ਚ ਪੈਰ ਰੱਖਦੇ ਹਾਂ, ਜਵਾਨੀ ਤੋਂ ਲੈ ਕੇ ਜਿਹੜੇ ਸਾਡੀ ਜਿਹੜੀ ਜ਼ਿੰਦਗੀ ਲੰਘਦੀ ਆ, ਉਹਦੇ ਵਿੱਚ ਖੱਟੇ ਮਿੱਠੇ ਜਿਹੜੇ ਤਜਰਬੇ ਆ, ਅਸੀਂ ਕੀ ਭੁੱਲਦੇ ਹਾਂ ਜਾਂ ਕੀ ਨਹੀਂ ਭੁੱਲਦੇ, ਉਹਨੂੰ ਮੈਂ ਕਹਿਣ ਦੀ ਕੋਸ਼ਿਸ਼ ਕੀਤੀ ਆ। ਕਵਿਤਾ ਹੈ ਜੀ, ਭੁੱਲ ਜਾਂਦੀ ਹੈ ਦੁਨੀਆਦਾਰੀ, ਭੁੱਲਦੇ ਨਹੀਂ ਪਰ ਯਾਰ ਕਦੇ। ਭੁੱਲ ਜਾਂਦੀ ਹੈ ਦੁਨੀਆਦਾਰੀ, ਭੁੱਲਦੇ ਨਹੀਂ ਪਰ ਯਾਰ ਕਦੇ। ਭੁੱਲ ਜਾਂਦੇ ਨੇ ਲੱਖਾਂ ਲੋਕੀ, ਭੁੱਲਦੇ ਨਹੀਂ ਦਿਲਦਾਰ ਕਦੇ। ਭੁੱਲ ਜਾਂਦੀ ਹੈ ਦੁਨੀਆਦਾਰੀ, ਭੁੱਲਦੇ ਨਹੀਂ ਪਰ ਯਾਰ ਕਦੇ। ਭੁੱਲ ਜਾਂਦੇ ਨੇ ਲੱਖਾਂ ਲੋਕੀ, ਭੁੱਲਦੇ ਨਹੀਂ ਦਿਲਦਾਰ ਕਦੇ। ਨਾ ਪਿੰਡ ਭੁੱਲਦਾ ਨਾ ਪਿੰਡ ਵਾਲੇ, ਧਿਆਨ ਦੇਣਾ ਜੀ, ਨਾ ਪਿੰਡ ਭੁੱਲਦਾ ਨਾ ਪਿੰਡ ਵਾਲੇ, ਨਾ ਭੁੱਲਦੀਆਂ ਮਾਵਾਂ ਹੋਏ। ਬੰਦੇ ਨੂੰ ਕਦੇ ਘਰ ਨਹੀਂ ਭੁੱਲਦਾ, ਭੁੱਲ ਜਾਵਣ ਸਭ ਥਾਵਾਂ ਹੋਏ। ਭੁੱਲਦੀ ਨਹੀਂ ਕਦੇ ਭੈਣ ਦੀ ਰੱਖੜੀ, ਭੁੱਲਦੀ ਨਹੀਂ ਕਦੇ ਭੈਣ ਦੀ ਰੱਖੜੀ, ਨਾ ਵੀਰਾਂ ਦਾ ਪਿਆਰ ਕਦੇ। ਭੁੱਲ ਜਾਂਦੀ ਏ ਦੁਨੀਆਦਾਰੀ, ਭੁੱਲਦੇ ਨਹੀਂ ਪਰ ਯਾਰ ਕਦੇ। ਸੱਜਣਾ ਵੱਲੋਂ ਮਿਲੀਆਂ, ਹੁਣ ਆ ਜਿਹੜਾ ਜੀ ਸਰਬਜੀਤ ਨਾਲ ਸੁਣਿਓ, ਸੱਜਣਾ ਵੱਲੋਂ ਮਿਲੀਆਂ ਹੋਈਆਂ ਕਦੇ ਨਾ ਭੁੱਲਣ ਸਗਾਤਾਂ ਬਈ। ਸੱਜਣਾ ਵੱਲੋਂ ਮਿਲੀਆਂ ਹੋਈਆਂ ਕਦੇ ਨਾ ਭੁੱਲਣ ਸਗਾਤਾਂ ਬਈ। ਕੋਈ ਨੀ ਭੁੱਲਦਾ ਪਿਓ ਦੀਆਂ ਝਿੜਕਾਂ, ਨਾ ਦਾਦੀ ਦੀਆਂ ਬਾਤਾਂ ਬਈ। ਕਦੇ ਨਾ ਭੁੱਲਦੇ ਸੰਗੀ ਸਾਥੀ, ਨਾ ਹੀ ਰਿਸ਼ਤੇਦਾਰ ਕਦੇ। ਭੁੱਲ ਜਾਂਦੀ ਹੈ ਦੁਨੀਆਦਾਰੀ, ਭੁੱਲਦੇ ਨਹੀਂ ਪਰ ਯਾਰ ਕਦੇ। ਤੁਹਾਨੂੰ ਵੀ ਜੀ ਆਇਆਂ ਨੂੰ ਆਖ ਰਹੇ ਹਾਂ, ਪ੍ਰੋਗਰਾਮ ਲੈ ਕੇ ਆਇਆ। ਥੈਂਕ ਯੂ ਜੀ। ਮੈਂ ਜਿਹੜਾ ਆਪਸੀ ਦਾ ਦਿੱਤਾ ਹੈ ਇਹਨੂੰ ਮੁੱਖ ਰੱਖਦੇ ਹਾਂ, ਚੰਦ ਕੁ ਲਾਈਨਾਂ ਪੇਸ਼ ਕਰਨ ਦੇ ਅੱਗੇ ਲੈ ਰਿਹਾ ਜੀ ਇਰਸ਼ਾਦ ਜੀ। ਤੇ ਇਹ ਲਾਈਨਾਂ ਤੋਂ ਪਹਿਲਾਂ ਆਪਸੀ ਨੂੰ ਔਰ ਜਿਹੜੇ ਆਪਸੀ ਦੇ ਮੁੱਖ ਮਹਿਮਾਨ ਨੇ
ਹੁੰਦਲ ਸਾਹਿਬ ਨੂੰ ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਫਤਿਹ ਪ੍ਰਵਾਨ ਹੋਵੇ ਜੀ। ਥੈਂਕ ਯੂ ਜੀ। ਕੁਝ ਇਹੋ ਅਰਜ਼ ਕੀਤਾ ਜੀ ਕਿ ਦੁਨੀਆਦਾਰੀ ਦੀ ਜਕੜ ਵਿੱਚ ਜਕੜੀ ਕੁੱਲ ਲੁਕਾਈ ਵੇਖੀ। ਦੁਨੀਆਦਾਰੀ ਦੀ ਜਕੜ ਵਿੱਚ ਜਕੜੀ ਕੁੱਲ ਲੁਕਾਈ ਵੇਖੀ, ਹਾਰ ਹੰਭ ਕੇ ਇਹਨੂੰ ਹੀ ਕਹਿੰਦੀ ਬਾਪ ਤੇ ਮਾਈ ਵੇਖੀ। ਹਾਰ ਹੰਭ ਕੇ ਇਹਨੂੰ ਹੀ ਕਹਿੰਦੀ ਬਾਪ ਤੇ ਮਾਈ ਵੇਖੀ, ਇਲ ਵਰਗੀ ਹੀ ਇਹਦੀ ਵੀ ਤੇਜ ਤਰਾਰ ਅੱਖ ਹੁੰਦੀ। ਇਲ ਵਰਗੀ ਹੀ ਇਹਦੀ ਵੀ ਤੇਜ ਤਰਾਰ ਅੱਖ ਹੁੰਦੀ, ਮਨ ਮਰਜ਼ੀ ਦੀ ਇਹ ਮਾਲਕ ਹਰ ਪਾਸੇ ਹੀ ਸ਼ਾਹੀ ਵੇਖੀ। ਮਨ ਮਰਜ਼ੀ ਦੀ ਇਹ ਮਾਲਕ ਹਰ ਪਾਸੇ ਹੀ ਸ਼ਾਹੀ ਵੇਖੀ। ਫਿਰ ਅਜੇ ਕਿ ਅੱਜ ਤੱਕ ਕੋਈ ਵੀ ਮਾਈ ਦਾ ਲਾਲ ਇਹਨੂੰ ਜਿੱਤ ਨਾ ਪਾਇਆ ਏ। ਅੱਜ ਤੱਕ ਕੋਈ ਵੀ ਮਾਈ ਦਾ ਲਾਲ ਇਹਨੂੰ ਜਿੱਤ ਨਾ ਪਾਇਆ ਏ। ਕੋਈ ਵੀ ਦੁਨੀਆਦਾਰੀ ਨੂੰ ਕਰ ਕਦੇ ਵੀ ਚਿੱਤ ਨਾ ਪਾਇਆ ਏ। ਲੱਖ ਮਿੰਨਤਾਂ ਕੀਤੀਆਂ ਵੀ ਇਹ ਮੁਆਫ ਕਿਸੇ ਨੂੰ ਕਰਦੀ ਨਾ। ਵੀਰ ਜੀ, ਲੱਖ ਮਿੰਨਤਾਂ ਕੀਤੀਆਂ ਵੀ ਇਹ ਮੁਆਫ ਕਿਸੇ ਨੂੰ ਕਰਦੀ ਨਾ। ਇਹ ਲੱਖਾਂ ਹੀ ਅੱਖਾਂ ਵਾਲੀ ਨੂੰ ਰਾਣੇ ਬਣਾ ਕੋਈ ਮਿੱਤ ਨਾ ਪਾਇਆ ਏ। ਬਣਾ ਕੋਈ ਮਿੱਤ ਨਾ ਪਾਇਆ ਜੀ। ਆਖਰੀ ਅਜੇ ਵਿਸ਼ਾ ਇਹ ਆ ਕਿ ਕੀ ਕਰੀਏ ਜੀ, ਇਉਂ ਕਰਨਾ ਹੀ ਪੈਂਦਾ ਕਿਉਂਕਿ ਇਹ ਦੁਨੀਆਦਾਰੀ ਹੈ। ਕੀ ਕਰੀਏ ਜੀ, ਇਉਂ ਕਰਨਾ ਹੀ ਪੈਂਦਾ ਕਿਉਂਕਿ ਇਹ ਦੁਨੀਆਦਾਰੀ ਹੈ। ਨਾ ਚਾਹੁੰਦੇ ਹੋਏ ਵੀ ਇਉਂ ਮਰਨਾ ਪੈਂਦਾ ਕਿਉਂਕਿ ਇਹ ਦੁਨੀਆਦਾਰੀ ਹੈ। ਇਸ ਦੋ ਧਾਰੀ ਤਲਵਾਰ ਨੱਕ ਕਈਆਂ ਦੇ ਲਾ ਤੇ ਕਈਆਂ ਦੇ ਲਾ ਦਿੱਤੇ। ਇਸ ਦੋ ਧਾਰੀ ਤਲਵਾਰ ਨੱਕ ਕਈਆਂ ਦੇ ਲਾ ਤੇ ਕਈਆਂ ਦੇ ਲਾ ਦਿੱਤੇ। ਇਹਦਾ ਚੰਗਾ ਮਾੜਾ ਬੋਲ ਵੀ ਰਾਣੇ ਜਰਨਾ ਪੈਂਦਾ ਕਿਉਂਕਿ ਇਹ ਦੁਨੀਆਦਾਰੀ ਹੈ। ਇਹਦਾ ਚੰਗਾ ਮਾੜਾ ਬੋਲ ਵੀ ਰਾਣੇ ਜਰਨਾ ਪੈਂਦਾ ਕਿਉਂਕਿ ਇਹ ਦੁਨੀਆਦਾਰੀ ਹੈ। ਆਖਰੀ ਚਾਰ ਲਾਈਨਾਂ ਜੀ ਕਿ ਇਹ ਦੁਨੀਆਦਾਰੀ ਪੈਰ ਪੈਰ ਤੇ ਬਦਲਦੀ ਰੰਗ ਰਹਿੰਦੀ। ਇਹ ਦੁਨੀਆਦਾਰੀ ਪੈਰ ਪੈਰ ਤੇ ਬਦਲਦੀ ਰੰਗ ਰਹਿੰਦੀ। ਅੱਜ ਤੈਨੂੰ ਮੈਨੂੰ ਤੇ ਕੱਲ ਕਿਸੇ ਹੋਰ ਨੂੰ ਕਰਦੀ ਤੰਗ ਰਹਿੰਦੀ। ਇਹ ਨਾ ਕਿਸੇ ਦੀ ਪੱਕੀ ਵੈਰਨ ਤੇ ਨਾ ਕਿਸੇ ਦੀ ਪੱਕੀ ਬਣਦੀ ਮਿੱਤਰ ਹੈ। ਇਹ ਨਾ ਕਿਸੇ ਦੀ ਪੱਕੀ ਵੈਰਨ ਤੇ ਨਾ ਕਿਸੇ ਦੀ ਬਣਦੀ ਮਿੱਤਰ ਹੈ। ਜੋ ਕਦੇ ਨਾ ਹੋਵੇ ਮਨ ਚ ਤੇ ਕਰਕੇ ਉਹੀ ਰਾਣੇ ਕਰਦੀ ਦੰਗ ਹੈ। ਕਰਕੇ ਉਹੀ ਰਾਣੇ ਕਰਦੀ ਦੰਗ ਹੈ। ਕਰਕੇ ਉਹੀ ਰਾਣੇ ਕਰਦੀ ਦੰਗ ਹੈ ਜੀ। ਇਤਨੀਆਂ ਕੁ ਲਾਈਨਾਂ ਦੇ ਨਾਲ ਆਪ ਜੀ ਤੋਂ ਖਿਮਾ ਮੰਗਦੇ ਹਾਂ। ਬਹੁਤ ਵਧੀਆ ਪ੍ਰੋਗਰਾਮ ਹੈ ਜੀ। ਥੈਂਕ ਯੂ ਰਾਣਾ ਜੀ, ਥੈਂਕ ਯੂ ਵੈਰੀ ਮੱਚ। ਬਹੁਤ ਵਧੀਆ ਬੋਲ ਕੇ ਗਏ ਹੋ। ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਸੋ ਦਰਸ਼ਕ ਦੇਖਿਆ ਰਾਣਾ ਜੀ ਨੇ ਕਿੰਨੇ ਵਧੀਆ ਤਰੀਕੇ ਨਾਲ ਦੁਨੀਆਦਾਰੀ ਦੇ ਰੰਗ ਦੱਸੇ। ਵਾਕਈ ਇਹ ਗੱਲ ਸੱਚੀ ਹੈ ਕਿਉਂਕਿ ਦੁਨੀਆਦਾਰੀ ਆਪਾਂ ਨੂੰ ਨਿਭਾਉਣੀ ਪੈਂਦੀ ਹੈ। ਰੁਪਿੰਦਰ ਜੀ ਕਿੱਦਾਂ, ਤੁਸੀਂ ਕੀ ਕਹਿ ਰਹੇ ਸੀ? ਕਿਉਂਕਿ ਮੈਂ ਜਿਹੜਾ ਗੱਲ ਇਹਨਾਂ ਨੇ ਗੱਲ ਕੀਤੀ ਹੈ ਰਾਣਾ ਜੀ ਉਹਨਾਂ ਨੇ ਕਿ ਦੁਨੀਆਦਾਰੀ 'ਚ ਦੋ ਤਾਰੀ ਤਲਵਾਰ ਹੈ ਇੱਕ ਤਰ੍ਹਾਂ, ਔਰ ਆਪਾਂ ਨੂੰ ਤੁਰਨਾ ਪੈਂਦਾ ਇਸ ਤਲਵਾਰ ਦੇ ਉੱਪਰ। ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਰਾਣਾ ਸਾਹਿਬ ਨੇ ਬਿਲਕੁਲ ਸੱਚੀ ਗੱਲ ਆਖੀ ਹੈ ਜੀ, ਕਿਉਂਕਿ ਜਿਹੜੀ ਦੋ ਧਾਰੀ ਤਲਵਾਰ ਹੈ, ਸਾਨੂੰ ਪਤਾ ਹੈ ਕਿ ਦੁਨੀਆਂ ਦੇ ਦੋ ਰੰਗ ਹੁੰਦੇ ਆ ਨਾ, ਇੱਕ ਰੰਗ ਦਿਖਾਉਂਦੀ ਆ ਤੇ ਇੱਕ ਰੰਗ ਲੁਕੋ ਲੈਂਦੀ ਆ ਦੁਨੀਆ। ਪਰ ਫਿਰ ਵੀ ਜਦੋਂ ਆਪਾਂ ਇਸ ਦੁਨੀਆਂ 'ਚ ਵਿਚਰਦੇ ਹਾਂ ਇਹਨੂੰ ਛੱਡ ਵੀ ਨਹੀਂ ਸਕਦੇ। ਸੋ ਬਹੁਤ ਵਧੀਆ ਰਾਣਾ ਸਾਹਿਬ ਨੇ ਗੱਲ ਜਿਹੜੀ ਕੀਤੀ ਆ ਵੀ ਜਿਹੜੀ ਦੁਨੀਆਂ ਦੋ ਧਾਰੀ ਤਲਵਾਰ ਹੁੰਦੀ ਹੈ, ਕੋਈ ਸ਼ੱਕ ਨਹੀਂ ਜੀ। ਹਾਂਜੀ, ਇਹ ਤਾਂ ਹੈ। ਉਪਰੰਤ ਜੀ, ਗੱਲ ਆਪਾਂ ਨੂੰ ਫੋਨ ਆ ਗਿਆ, ਆਪਾਂ ਇੱਕ ਕਾਲ ਲੈ ਲਈ, ਉਸ ਤੋਂ ਬਾਅਦ ਫਿਰ ਆਪਾਂ ਗੱਲ ਜਾਰੀ ਰੱਖਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਭਾਜੀ ਜਿਹੜਾ ਬੋਲਦਾ ਵਾ, ਮੈਂ ਤੋਂ ਕੌਣ ਬੋਲਦੇ ਹੋ ਜੀ?
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਤੁਹਾਡੇ ਪਿੰਡ ਤੁਹਾਡੇ ਇੱਥੇ ਆਏ ਹੋਏ ਆ ਰੁਪਿੰਦਰ ਜੀ ਹੋਣੀ? ਹਾਂਜੀ ਮੈਂ ਵੀ ਮਹਿਤਪੁਰ ਤੋਂ ਰੌਲੀ ਤੋਂ ਹੀ ਆ ਮੈਂ ਵੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਦਵਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪਛਾਣਿਆ ਨਹੀਂ ਤੁਹਾਨੂੰ, ਆਪਣਾ ਸ਼ੁਭ ਨਾਮ ਦੱਸੋਗੇ ਭੈਣ ਜੀ? ਹਾਂਜੀ ਕੀ ਕਹਿਣਾ ਚਾਹੋਗੇ ਭੈਣ ਜੀ ਤੁਸੀਂ ਅੱਜ ਇਸ ਦੁਨੀਆਦਾਰੀ ਦੇ ਜਿਹੜਾ ਆਪਾਂ ਟੌਪਿਕ ਰਹੇ ਉਹਦੇ ਬਾਰੇ? ਮੈਂ ਤੈਨੂੰ ਪੁੱਛਣਾ ਚਾਹੁੰਦਾ, ਤੁਸੀਂ ਰੌਲੀ ਤੋਂ? ਮੈਂ ਵੀ ਰੌਲੀ ਤੋਂ ਆ। ਹਾਂਜੀ ਤੇ ਮੈਂ ਇਹਨਾਂ ਨਾਲ ਗੱਲ ਕਰਨੀ ਚਾਹੁੰਦੀ ਆ। ਹਾਂਜੀ ਕਰੋ। ਕਿਹਦੇ ਤੁਸੀਂ ਕਿੰਨਾ ਚੋਂ ਕਹਿੰਦੇ ਮੁੰਡੇ ਜਿੱਦਾਂ ਰੌਲੀ ਤੋਂ? ਹਾਂਜੀ ਮੈਂ ਭੈਣ ਜੀ ਸਰਦਾਰ ਸਰਦੂਲ ਸਿੰਘ ਸਾਬਕਾ ਸਰਪੰਚ ਦਾ ਪੋਤਾ ਹਾਂ ਜੀ। ਮੈਂ ਪੋਤਾ ਵਾ ਜੀ, ਮੈਂ ਚਰਨ ਸਿੰਘ ਦਾ ਮੁੰਡਾ ਵਾ ਜੀ। ਮੇਰੇ ਡੈਡੀ ਦਾ ਫਾਦਰ ਸਾਹਿਬ ਦਾ ਨਾਮ ਸਵਰਗਵਾਸੀ ਚਰਨ ਸਿੰਘ ਹੈ ਜੀ, ਤੇ ਮੇਰੇ ਦਾਦਾ ਜੀ ਜਿਹੜੇ ਸਵਰਗਵਾਸੀ ਸਰਦੂਲ ਸਿੰਘ ਜਿਹੜੇ ਸਾਬਕਾ ਸਰਪੰਚ ਸੀ, ਉਹਨਾਂ ਦਾ ਪਰਿਵਾਰ ਚੋਂ ਜੀ ਮੈਂ। ਭੈਣ ਜੀ ਇੱਦਾਂ ਕਰੂੰਗਾ ਮੈਂ ਤੁਹਾਨੂੰ ਨਾ ਇਹਨਾਂ ਦਾ ਨੰਬਰ ਦੇ ਦੂੰਗਾ, ਫਿਰ ਤੁਸੀਂ ਡਾਇਰੈਕਟ ਇਹਨਾਂ ਨਾਲ ਗੱਲ ਕਰ ਲਿਓ। ਤੁਸੀਂ ਸਟੂਡੀਓ 'ਚ ਮੇਰੇ ਜਾਂ ਫੋਨ 'ਤੇ ਕਰਕੇ ਨੰਬਰ ਲੈ ਲਿਓ, ਫਿਰ ਤੁਸੀਂ ਇਹਨਾਂ ਨਾਲ ਗੱਲ ਕਰ ਲਿਓ, ਹੈ ਨਾ? ਜਿਹੜੀ ਵੀ ਚੰਗੀ ਤਰ੍ਹਾਂ ਫਿਰ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਬਾਤ ਕਰਦੇ ਹਾਂ ਫੋਨ 'ਤੇ। ਦੇਖੋ ਭੈਣ ਜੀ ਦੁਨੀਆ ਕਿੰਨੀ ਛੋਟੀ ਹੈ, ਉਹਨਾਂ ਨੇ ਫੋਨ ਕੀਤਾ ਹੈ ਨਾ, ਇਹ ਵੀ ਇੱਕ ਦੁਨੀਆਦਾਰੀ ਸੀਗੀ, ਉਹਨਾਂ ਨੇ ਗੱਲ ਕੀਤੀ ਆਪਣੇ ਨਾਲ। ਸੋ ਆਪਣੇ ਟੌਪਿਕ ਦੇ ਨਾਲ ਹੀ ਆਪਾਂ ਕਹਿ ਲਈਏ ਵੀ ਉਹਨਾਂ ਨੇ ਕਿੱਥੋਂ ਤੁਹਾਨੂੰ ਲੱਭ ਲਿਆ, ਉਹ ਵੀ ਤੁਹਾਡੇ ਪਿੰਡ ਦੇ ਹੀ ਆ, ਤੇ ਕੋਈ ਨੀ ਮੈਂ ਉਹਨਾਂ ਦਾ ਨੰਬਰ ਲੈ ਕੇ ਤੁਹਾਨੂੰ ਅਸੀਂ ਨੰਬਰ ਦੇਵਾਂਗੇ, ਤੁਸੀਂ ਉਹਨਾਂ ਨਾਲ ਗੱਲ ਕਰ ਲਿਓ। ਕਈ ਲੋਕੀ ਤਾਂ ਏਦਾਂ ਹੁੰਦੇ ਨਾ, ਸਿਰਫ ਇਸ ਕਰਕੇ ਹੀ ਰਿਸ਼ਤੇ ਨਿਭਾਉਂਦੇ ਨੇ ਵੀ ਕੱਲ ਨੂੰ ਇਹਦੇ ਨਾਲ ਕੰਮ ਪੈ ਸਕਦਾ ਤਾਂ ਅੱਜ ਇਹਦੇ ਨਾਲ ਰਿਸ਼ਤਾ ਨਿਭਾ ਲਈਏ। ਕਈ ਕਈ ਸਿਰਫ ਇਸ ਕਰਕੇ ਹੀ ਰਿਸ਼ਤੇ ਨਿਭਾਉਂਦੇ ਆ, ਪਰ ਉਹ ਜਿਹੜੀ ਦੁਨੀਆਦਾਰੀ ਉਹ ਵੀ ਦੁਨੀਆਦਾਰੀ ਨਿਭਾ ਰਹੇ ਨੇ ਸਿਰਫ ਇੱਕ ਰਿਸ਼ਤੇ ਕਰਕੇ ਵੀ ਕੱਲ ਨੂੰ ਕੰਮ ਪਊਗਾ ਇਹਦੇ ਨਾਲ, ਚਲੋ ਅੱਜ ਕੋਈ ਨੀ ਅੱਜ ਇਹਦੇ ਨਾਲ ਰਿਸ਼ਤਾ ਨਿਭਾ ਲਈਏ। ਪਰ ਇਹ ਜਿਹੜੀ ਚੀਜ਼ਾਂ ਨਾ ਇਹ ਦੋ ਤਾਰੀ ਤਲਵਾਰ ਆ, ਇਹਨੂੰ ਆਪਾਂ ਕਹਿ ਸਕਦੇ ਬਿਲਕੁਲ, ਕਿਉਂਕਿ ਜਦੋਂ ਆਪਾਂ ਇਹਦੇ ਪਰ ਚੱਲਦੇ ਹਾਂ ਕਿ ਰਿਸ਼ਤਾ ਸਿਰਫ ਆਪਾਂ ਤਾਂ ਨਿਭਾਉਣੇ ਆ ਕਿ ਕੱਲ ਨੂੰ ਕੋਈ ਆਪਾਂ ਨੂੰ ਇਹਦੀ ਜ਼ਰੂਰਤ ਪੈ ਸਕਦੀ ਹੈ, ਉਹ ਰਿਸ਼ਤਾ ਜ਼ਿਆਦਾ ਲੰਬਾ ਨਹੀਂ ਚੱਲਦਾ, ਨਾ ਉਹ ਜ਼ਿਆਦਾ ਕਾਮਯਾਬ ਹੁੰਦਾ। ਹਾਂਜੀ ਹਾਂਜੀ ਤੁਸੀਂ ਇਹ ਕੀ ਕਹਿ ਰਹੇ ਸੀ ਹੋਰ ਇਹਦੇ ਬਾਰੇ? ਮੈਂ ਭਾਈ ਕੋਈ ਮੈਨੂੰ ਬੜੀ ਵਧੀਆ ਉਹ ਗੱਲ ਲੱਗੀ, ਹੁਣ ਮੈਂ ਇਸੇ ਦੇ ਬਾਬਤ ਹੀ ਇੱਕ ਜਿਹੜਾ ਰੰਗ, ਚਲੋ ਪਿਛਲੀ ਜਿਹੜੀ ਹੈਗੀ ਸੀ ਉਹ ਆਪਣੀ ਅਧੂਰੀ ਰਹਿ ਗਈ ਫੋਨ ਕਾਲ ਕਰਕੇ, ਚਲੋ ਕੋਈ ਗੱਲ ਨਹੀਂ। ਜਿਹੜੀ ਮੇਰੀ ਇੱਕ ਜਿਹੜੀ ਅਗਲੀ ਰਚਨਾ ਉਹ ਵੀ ਇੱਕ ਦੁਨੀਆਦਾਰੀ ਦੇ ਨਾਲ ਹੀ ਰਿਲੇਟਡ ਹੈ, ਕਿਉਂਕਿ ਜਦੋਂ ਅਸੀਂ ਦੁਨੀਆ 'ਚ ਵਿਚਰਦੇ ਹਾਂ ਤਾਂ ਬਹੁਤ ਸਾਰੀਆਂ ਗਲਤੀਆਂ ਵੀ ਕਰਦੇ ਹਾਂ, ਤੇ ਉਹ ਇੱਕ ਜਿਹੜੀ ਮੈਂ ਪੰਜਾਬ ਦੇ ਜਿਹੜਾ ਹੈਗਾ ਵਾ ਮੁੱਦੇ ਨੂੰ ਲੈ ਕੇ ਲਿਖੀ ਸੀਗੀ, ਜਿਹੜੀ ਸਾਡੀ ਖੇਤੀਬਾੜੀ ਨਾਲ ਰਿਲੇਟਡ ਹੈ, ਹੈ ਨਾ ਜੀ। ਕਵਿਤਾ ਹੈ ਜੀ, ਫਸਲਾਂ ਹਾਂਜੀ ਫਸਲਾਂ ਬੀਜ ਬੀਜ ਕੇ ਪਾਣੀ ਖਿੱਚ ਲਿਆ ਸਾਰਾ ਧਰਤੀ 'ਚੋਂ, ਫਸਲਾਂ ਬੀਜ ਬੀਜ ਕੇ ਪਾਣੀ ਖਿੱਚ ਲਿਆ ਸਾਰਾ ਧਰਤੀ 'ਚੋਂ, ਕਹਿੰਦੇ ਹੁਣ ਜ਼ਮੀਨਾਂ ਤਾਈਓ ਬੰਜਰ ਹੋਣ ਤੇ ਆਈਆਂ, ਫਸਲਾਂ ਬੀਜ ਬੀਜ ਕੇ ਪਾਣੀ ਖਿੱਚ ਲਿਆ ਸਾਰਾ ਧਰਤੀ ਤੋਂ, ਕਹਿੰਦੇ ਹੁਣ ਜ਼ਮੀਨਾਂ ਤਾਈਓ ਬੰਜਰ ਹੋਣ ਤੇ ਆਈਆਂ ਨੇ, ਆਪੇ ਕੰਢੇ ਬੀਜ ਕੇ ਕਰ ਲਿਆ ਜ਼ਖਮੀ ਆਪਣੇ ਪੈਰਾਂ ਨੂੰ, ਦੋਸ਼ ਕਿਸੇ ਨੂੰ ਕੀ ਦਈਏ ਜਦ ਕਿੱਕਰਾਂ ਖੁਦ ਹੀ, ਆਪੇ ਕੰਢੇ ਬੀਜ ਕੇ ਕਰ ਲਿਆ ਜ਼ਖਮੀ ਆਪਣੇ ਪੈਰਾਂ ਨੂੰ, ਦੋਸ਼ ਕਿਸੇ ਨੂੰ ਕੀ ਦਈਏ ਜਦ ਕਿੱਕਰਾਂ ਖੁਦ ਹੀ ਲਾਈਆਂ ਨੇ, ਕਰਜ਼ੇ ਚੱਕ ਚੱਕ ਐਵੇਂ ਸਿਰ ਤੇ ਵਾਧੂ ਬੋਝ ਚੜਾ ਬੈਠੇ, ਸਾਨੂੰ ਤਾਂ ਅੱਜ ਤੱਕ ਦੁਨੀਆ ਦੀਆਂ ਰੀਤਾਂ ਸਮਝਣਾ ਆਈਆਂ, ਆਪਣੀ ਚਾਦਰ ਵੇਖੀ ਨਾ ਪਰ ਬਾਹਰ ਨੂੰ ਪੈਰ ਪਸਾਰ ਲਏ, ਸਾਨੂੰ ਤਾਂ ਲੈ ਕੇ ਬਹਿ ਗਈਆਂ ਸਾਡੀਆਂ ਹੀ ਚਤੁਰਾਈਆਂ ਨੇ, ਪੁੱਤ ਨਸ਼ੇੜੀ ਵਿਧਵਾ ਧੀਆਂ ਗੱਲਾਂ ਹੋਈਆਂ ਆਮ ਜਿਹੀਆਂ, ਪੁੱਤ ਨਸ਼ੇੜੀ ਵਿਧਵਾ ਧੀਆਂ ਗੱਲਾਂ ਹੋਈਆਂ ਆਮ ਜਿਹੀਆਂ,
ਭਰੀ ਜਵਾਨੀ ਹਰੀਆਂ ਵੇਲਾਂ ਘਰ ਘਰ ਵਿੱਚ ਮੁਰਝਾਈਆਂ ਨੇ। ਅਗਲਾ ਅਖੀਰਲਾ ਪੈਰਾ ਜੀ ਸਰਜੀਤ ਵੀਰ ਜੀ, ਰੌਲੀ ਵਾਲਿਆ ਕਰੋ ਦੁਆਵਾਂ, ਰੌਲੀ ਵਾਲਿਆ ਕਰੋ ਦੁਆਵਾਂ, ਰਲ ਮਿਲ ਸਭ ਪੰਜਾਬ ਲਈ, ਗੁਰੂਆਂ ਪੀਰਾਂ ਦੀ ਧਰਤੀ ਤੇ ਘੋਰ ਘਟਾਵਾਂ ਛਾਈਆਂ ਨੇ, ਘੋਰ ਘਟਾਵਾਂ ਛਾਈਆਂ ਨੇ। ਇਹ ਜੀ ਜਿਹੜਾ ਸਾਡਾ ਪੰਜਾਬ ਦਾ ਅੱਜ ਕੱਲ੍ਹ ਜੋ ਚੱਲ ਰਿਹਾ ਹੈਗਾ ਨਾ ਉੱਥੇ ਸਾਰਾ ਕੁਛ, ਉਹਦੇ ਤੇ ਮੈਂ ਲਿਖੀ ਸੀਗੀ। ਇਹ ਵੀ ਇੱਕ ਸਾਡੇ ਦੁਨੀਆਂ ਦੇ ਰੰਗ 'ਚ ਆ ਜਾਂਦੇ ਵੀ ਜਿਹੜਾ ਸਾਡਾ ਜਿਹੜਾ ਸਮਾਜ ਕਿਹੜੇ ਪਾਸੇ ਜਾ ਰਿਹਾ ਹੈ। ਹਾਂਜੀ ਹਾਂਜੀ, ਬਾਕੀ ਜਿਹੜਾ ਸਾਡਾ ਸਮਾਜ ਹੈ ਇਹ ਬਹੁਤ ਮਤਲਬੀ ਹੁੰਦਾ ਜਾ ਰਿਹਾ ਹੈ ਨਾ, ਰਿਸ਼ਤੇ ਰਿਸ਼ਤਿਆਂ ਤੋਂ ਦੂਰ ਹੋਈ ਜਾਂਦਾ, ਰਿਸ਼ਤੇ ਨਾਲ ਤੇ ਨਿਭਾਉਂਦਾ ਨਹੀਂ ਹੈ, ਬੰਦਿਆਂ 'ਚ ਘਮੰਡ ਬਹੁਤ ਜ਼ਿਆਦਾ ਆ ਗਿਆ ਹੈ ਹਰ ਚੀਜ਼ ਦਾ। ਜੇ ਕੁਛ ਕੁਛ ਬਣ ਜਾਂਦਾ ਅਗਲਾ ਕਹਿੰਦਾ ਮੈਂ ਹੀ ਹਾਂ, ਹੋਰ ਤਾਂ ਕੋਈ ਕੁਛ ਹੈ ਹੀ ਨਹੀਂ ਸਾਡੇ ਮੂਹਰੇ। ਸੋ ਇਹ ਜਿਹੜੀਆਂ ਚੀਜ਼ਾਂ ਇਹ ਆਪਾਂ ਨੂੰ ਦੂਰ ਰਹਿਣਾ ਚਾਹੀਦਾ ਇਸ ਚੀਜ਼ਾਂ ਤੋਂ। ਉਹ ਕਹਿੰਦੇ ਨਾ ਕਿ ਮੈਨੂੰ ਕਿਸੇ ਸ਼ਾਇਰ ਦੀ ਗੱਲ ਯਾਦ ਆ ਗਈ ਸੀ, ਕਹਿੰਦੇ ਕਦੇ ਘਮੰਡ ਆ ਜਾਵੇ ਜ਼ਿੰਦਗੀ 'ਚ ਤਾਂ ਸ਼ਮਸ਼ਾਨ ਦੇ ਚੱਕਰ ਲਾ ਆਈ, ਕਦੇ ਘਮੰਡ ਆ ਜਾਵੇ ਜ਼ਿੰਦਗੀ 'ਚ ਤਾਂ ਸ਼ਮਸ਼ਾਨ ਦਾ ਚੱਕਰ ਲਾ ਆਈ, ਕਿਉਂਕਿ ਤੁਹਾਡੇ ਤੋਂ ਚੰਗੇ ਲੋਕ ਵੀ ਉੱਥੇ ਰਾਖ ਬਣੀ ਬੈਠੇ ਨੇ। ਸੋ ਇਹ ਆ ਵੀ ਜਦੋਂ ਕਿਸੇ ਬੰਦੇ ਨੂੰ ਘਮੰਡ ਆਵੇ ਤਾਂ ਜ਼ਰੂਰ ਸ਼ਮਸ਼ਾਨ ਦਾ ਸੋਚ ਲੈਣਾ ਚਾਹੀਦਾ, ਕਿਉਂਕਿ ਅਸੀਂ ਕੱਲ ਨੂੰ ਮਰ ਕੇ ਉੱਥੇ ਹੀ ਜਾਣਾ, ਔਰ ਹੋ ਸਕਦਾ ਸਾਡੇ ਤੋਂ ਚੰਗੇ ਬੰਦੇ ਜਿਹੜੇ ਆ ਉਹ ਉੱਥੇ ਰਾਖ ਬਣੀ ਬੈਠੇ ਨੇ। ਸੋ ਜ਼ਿੰਦਗੀ 'ਚ ਕਦੀ ਘਮੰਡ ਨਾ ਕਰੋ, ਹਮੇਸ਼ਾ ਹਰ ਬੰਦੇ ਨੂੰ ਪਿਆਰ ਕਰੋ, ਹਨਾ। ਇੱਕ ਸਾਨੂੰ ਛੋਟੀ ਜਿਹੀ ਜ਼ਿੰਦਗੀ ਹੈ 4 ਦਿਨ ਦੀ, ਇਹਨੂੰ ਪਿਆਰ ਨਾਲ ਨਿਭਾਓ, ਮੈਂ ਤਾਂ ਇਹੀ ਕਹਿੰਦਾ। ਦੁਨੀਆਦਾਰੀ ਜੇ ਨਿਭਾਉਣੀ ਹੈ ਤਾਂ ਪਿਆਰ ਨਾਲ ਨਿਭਾਓ, ਮਤਲਬ ਨਾਲ ਨਿਭਾਓ। ਬਿਲਕੁਲ, ਮਤਲਬ ਹੋਣਾ ਹੀ ਨਹੀਂ ਚਾਹੀਦਾ ਵੀਰ ਜੀ ਜ਼ਿੰਦਗੀ ਦੇ ਵਿੱਚ। ਇੱਥੇ ਅਸੀਂ ਵੈਸੇ ਦੇਖਿਆ ਜਾਵੇ ਤਾਂ ਲੋੜਾਂ ਕਰਕੇ ਮਿਲਦੇ ਇੱਕ ਦੂਜੇ ਨੂੰ, ਹਨਾ ਜੀ। ਅੱਜ ਕੱਲ੍ਹ ਜਿਹੜਾ ਸਾਡੇ ਅੰਦਰ ਇੱਕ ਦੂਜੇ ਨਾਲ ਮਿਲਣ ਦਾ ਬੋਲਣ ਦਾ ਜਿਹੜਾ ਜਜ਼ਬਾ ਨਾ, ਉਹ ਲੋੜਾਂ ਤੱਕ ਰਹਿ ਗਿਆ। ਹੁਣ ਤੇ ਇੱਥੋਂ ਤੱਕ ਵੀਰ ਜੀ ਗੱਲ ਹੋ ਗਈ ਆ ਕਿ ਅਸੀਂ ਆਪਣੇ ਘਰ ਪਰਿਵਾਰ ਦੇ ਮੈਂਬਰ ਵੀ ਆ ਨਾ, ਜਿਹੜੇ ਆਪਣੇ ਰਿਸ਼ਤੇ ਨਾਤੇ ਜਿਹੜੇ ਆ, ਉਹ ਵੀ ਅਸੀਂ ਲੋੜਾਂ ਲਈ ਰੱਖੇ ਹੋਏ ਆ। ਵੈਸੇ ਉਹਨਾਂ ਦੇ ਵਿੱਚ ਉਹ ਗੱਲ ਨਹੀਂ ਰਹਿ ਗਈ, ਨਹੀਂ ਤਾਂ ਅੱਜ ਤੋਂ ਕੁਛ ਸਾਲ ਪਹਿਲਾਂ ਆਪਾਂ ਦੇਖ ਲਈਏ ਵੀ ਸਾਂਝੇ ਪਰਿਵਾਰ ਹੁੰਦੇ ਸੀਗੇ, ਸਾਂਝਾ ਸਾਰਾ ਕੁਛ ਹੁੰਦਾ ਸੀਗਾ। ਪਰ ਅੱਜ ਕੱਲ੍ਹ ਦੇਖੋ ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਵੀ ਇੱਦਾਂ ਦਾ ਕਲਚਰ ਲੋਕਾਂ ਨੇ ਅਡੋਪਟ ਕਰ ਲਿਆ ਕਿ ਭਾਵੇਂ ਕਿਸੇ ਗਵਾਂਢ ਦੇ ਘਰ ਦੇ ਵਿੱਚ ਨਾਲ ਉਹ ਬੋਲਣ ਨੂੰ ਕੋਈ ਤਿਆਰ ਨਹੀਂ ਨਾ। ਇਹ ਵੀ ਇੱਕ ਜਿਹੜਾ ਹੈਗਾ ਸਾਡੇ ਲਈ ਇੱਕ ਨੈਗੇਟਿਵ ਚੀਜ਼ ਆ ਜਿਹੜੀ ਨਹੀਂ ਹੋਣੀ ਚਾਹੀਦੀ, ਪਰ ਕੀ ਕਰੀਏ, ਜਿਹੜਾ ਜੋ ਚੱਲ ਰਿਹਾ ਸੋ ਹੋ ਰਿਹਾ, ਉਹਨੂੰ ਅਸੀਂ ਦਰਕਿਨਾਰ ਨਹੀਂ ਕਰ ਰਹੇ। ਰਵਿੰਦਰ ਜੀ ਕਾਲ ਆ ਗਈ, ਆਪਾਂ ਕਾਲ ਲੈ ਲਈਏ ਪਹਿਲਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ ਟੱਕ ਸਾਹਿਬ। ਸਤਿ ਸ਼੍ਰੀ ਅਕਾਲ ਜੀ ਟੱਕ ਸਾਹਿਬ, ਤੁਹਾਨੂੰ ਤੇ ਤੁਹਾਡੇ ਬਹੁਤ ਹੀ ਸਤਿਕਾਰਯੋਗ ਮਹਿਮਾਨਾਂ ਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੋਗਲ ਜੀ, ਵਾਹਿਗੁਰੂ ਜੀ ਕੀ ਫਤਿਹ। ਟੱਕ ਸਾਹਿਬ, ਹਾਂਜੀ ਭੋਗਲ ਸਾਹਿਬ, ਕੀ ਜੀ ਆਇਆਂ ਨੂੰ ਪਹਿਲਾਂ ਤਾਂ ਪ੍ਰੋਗਰਾਮ ਵਿੱਚ ਕੀ ਅੱਜ ਸਾਡੇ ਸ਼ਰੋਤਿਆਂ ਲਈ ਲੈ ਕੇ ਆਏ ਹੋ? ਜੀ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ, ਅੱਜ ਤੁਹਾਡੇ ਜਿਹੜੇ ਮਹਿਮਾਨ ਨੇ ਉਹਨਾਂ ਨੇ ਗੱਲ ਕੀਤੀ ਸੀ ਕਿ ਇਹ ਦੁਨੀਆਦਾਰੀ ਕਈ ਤਰ੍ਹਾਂ ਦੀ ਆ, ਬਹੁਤ ਕਈ ਕਿਸਮ ਦੀ ਆ। ਬਿਲਕੁਲ ਠੀਕ ਆ, 100%। ਹਾਂਜੀ, ਇੱਕ ਇੱਕ ਧਾਰਮਿਕ ਦੁਨੀਆ ਆ, ਸਮਾਜਿਕ ਦੁਨੀਆ ਆ, ਸਿਆਸੀ ਦੁਨੀਆ ਆ, ਯਾਰੀ ਦੋਸਤੀ ਆ, ਸਾਰਾ ਕੁਛ ਇਹ ਦੁਨੀਆਦਾਰੀ ਆ। ਦੁਨੀਆਦਾਰੀ ਬੜਾ ਵੱਡਾ ਵਿਸ਼ਾ, ਇਹਨਾਂ ਨੇ ਜਿਹੜੀ ਗੱਲ ਕੀਤੀ ਬਿਲਕੁਲ ਠੀਕ ਵਾ। ਹਾਂਜੀ, ਪਰ ਮੈਂ ਤੁਹਾਨੂੰ ਇੱਕ ਉਹ ਨਜ਼ਮ ਛੋਟੀ ਜਿਹੀ ਸੁਣਾਉਣੀ ਆ, 3-4 ਬੰਦ ਨੇ ਸਿਰਫ। ਦੁਨੀਆਦਾਰੀ ਉਹ ਚੰਗੀ ਹੁੰਦੀ ਆ, ਉਹ ਸੋਹਣੀ ਹੁੰਦੀ ਆ, ਉਹ ਉਹ ਜਿਹਨੂੰ ਤੁਹਾਡੇ ਜਾਣ ਤੋਂ ਬਾਅਦ ਵੀ ਦੁਨੀਆ ਯਾਦ ਰੱਖੇ, ਵਾਕਈ ਉਹ ਦੁਨੀਆਦਾਰੀ ਆ। ਬਾਕੀ ਤਾਂ ਦੁਨੀਆਦਾਰੀ ਇੱਧਰ ਇੱਧਰ ਲਾਓ ਤੇ ਉੱਧਰ ਬਜਾਓ, ਇਹ ਸਾਰੀ ਦੁਨੀਆਦਾਰੀ ਆਪਾਂ ਕਹਿ ਦਿੰਦੇ ਹਾਂ ਨਾ। ਮੈਂ ਕਹਿ ਕੇ ਨਹੀਂ ਹਟਿਆ, ਮੈਂ ਪਹਿਲੇ ਕਹਿ ਕੇ ਹਟਿਆ ਵੀ ਜੇ ਘਮੰਡ ਆ ਜਾਵੇ ਤਾਂ ਸ਼ਮਸ਼ਾਨ ਦਾ ਚੱਕਰ ਲਾ ਆਈ, ਕਿਉਂਕਿ ਉੱਥੇ ਵੀ ਕਈ ਸਾਡੇ ਤੋਂ ਵਧੀਆ ਲੋਕ ਜਿਹੜੇ ਰਾਖ ਬਣੀ ਬੈਠੇ ਨੇ। ਸੋ ਜਿਹੜੀ ਦੁਨੀਆ, ਹਾਂਜੀ ਜੀ ਬਿਲਕੁਲ, ਇਸ ਕਰਕੇ ਦੁਨੀਆਦਾਰੀ ਉਹ ਚੰਗੀ ਆ ਜਿਹੜੀ ਤੁਹਾਡੇ ਜਾਣ ਤੋਂ ਬਾਅਦ ਵੀ ਦੁਨੀਆ ਤੁਹਾਨੂੰ ਯਾਦ ਕਰੇ, ਉਹਨੂੰ ਕਹਿੰਦੇ ਨੇ ਕਹਿਣੀ ਤੇ ਕਰਨੀ। ਹਾਂਜੀ, ਤੇ ਉਹ ਤੇ ਮੈਂ ਲਓ 2-4 ਬੰਦ ਬੋਲਣ ਲੱਗਾ, ਕਹਿਣੀ ਤੇ ਕਰਨੀ ਜਿਹੜੀ ਦੁਨੀਆਦਾਰੀ ਆ ਉਹ ਸਭ ਤੋਂ ਉੱਤਮ ਉੱਤਮ ਦੁਨੀਆਦਾਰੀ ਹੈ। ਇਰਸ਼ਾਦ ਜੀ ਲਿਖਿਆ, ਵੱਡੀ ਉਂਗਲ ਤੇ ਬਿਨਾਂ ਵੱਡੀ
ਵੱਡੀ ਉਂਗਲ ਤੇ ਬਿਨਾ ਵੱਡੀ ਕਰੇ ਨਾ ਸ਼ੀ ਜਿਹੜਾ ਉਹ ਦੱਸੋ ਖਾਂ ਭਲਾ ਮਰਦ ਕੀ ਏ ਓਏ ਘਰ ਭਗਵਾਨ ਦੇ ਜਿਨ੍ਹਾਂ ਭ੍ਰਿਸ਼ਟ ਕੀਤੇ ਉਹ ਦੂਜਿਆਂ ਲਈ ਰੱਖਦੇ ਦਰਦ ਕੀ ਏ ਕੀ ਹੈ ਕਿਆ ਬਾਤ ਹੈ ਬਈ ਜਿਨ੍ਹਾਂ ਲੋਕਾਂ ਸਦਾਚਾਰ ਦੀ ਸਮਝ ਕੋਈ ਨਾ ਟਕ ਸਾਹਿਬ ਜਿਨ੍ਹਾਂ ਲੋਕਾਂ ਸਦਾਚਾਰ ਦੀ ਸਮਝ ਕੋਈ ਨਾ ਚਿੰਬੜੀ ਉਹਨਾਂ ਨੂੰ ਸੋਚੋ ਖਾਂ ਮਰਜ ਕੀ ਏ ਉਹ ਜਿਹੜੇ ਰੱਬ ਨੂੰ ਜੇਬਾਂ ਚ ਪਾਈ ਫਿਰਦੇ ਉਹਨਾਂ ਨੂੰ ਹੋਰ ਕਿਸੇ ਦੀ ਭਲਾ ਗਰਜ ਕੀ ਏ ਯਾਰ ਜਿਹੜੇ ਰੱਬ ਨੂੰ ਜੇਬਾਂ ਚ ਪਾਈ ਫਿਰਦੇ ਉਹਨਾਂ ਨੂੰ ਹੋਰ ਕਿਸੇ ਦੀ ਭਲਾ ਗਰਜ ਕੀ ਏ ਯਾਰ ਉਹਨਾਂ ਨੂੰ ਹੋਰ ਕਿਸੇ ਦੀ ਭਲਾ ਗਰਜ ਕੀ ਏ ਬਈ ਜੇਕਰ ਰਾਜਾ ਪਰਜੇ ਦਾ ਜੇਕਰ ਰਾਜਾ ਪਰਜਾ ਦਾ ਮਾਈ ਬਾਪ ਹੁੰਦਾ ਹੈ ਟਕ ਸਾਹਿਬ ਜੇਕਰ ਰਾਜਾ ਪਰਜਾ ਦਾ ਮਾਈ ਬਾਪ ਹੁੰਦਾ ਹੈ ਫਿਰ ਉਹ ਸਮਝੇ ਉਹਦਾ ਫਰਜ਼ ਕੀ ਏ ਓਏ ਜਾਣ ਬੁੱਝ ਕੇ ਅੱਖਾਂ ਜੇ ਮੀਟ ਰੱਖੇ ਫਿਰ ਉਹਨੂੰ ਬੇਈਮਾਨ ਕਹਿਣ ਵਿੱਚ ਹਰਜ ਕੀ ਏ ਕਿਆ ਬਾਤ ਹੈ ਜੀ ਇਹ ਅਜੇ ਕਹਿਣੀ ਕਰਨੀ ਸੀ ਜਿਹੜੀ ਦੁਨੀਆਦਾਰੀ ਜੇਕਰ ਰਾਜਾ ਪਰਜਾ ਦਾ ਮਾਈ ਬਾਪ ਹੁੰਦਾ ਹੈ ਫਿਰ ਉਹ ਸਮਝੇ ਉਹਦਾ ਫਰਜ਼ ਕੀ ਏ ਓਏ ਜਾਣ ਬੁੱਝ ਕੇ ਅੱਖਾਂ ਜੇ ਮੀਟ ਰੱਖੇ ਫਿਰ ਉਹਨੂੰ ਬੇਈਮਾਨ ਕਹਿਣ ਵਿੱਚ ਹਰਜ਼ ਕੀ ਏ ਬਈ ਕਹਿਣ ਨੂੰ ਤਾਂ ਸਾਰੇ ਹੀ ਕੁਝ ਨਾ ਕੁਝ ਕਹੀ ਜਾਂਦੇ ਕਹਿਣ ਨੂੰ ਤਾਂ ਸਾਰੇ ਹੀ ਕੁਝ ਨਾ ਕੁਝ ਕਹੀ ਜਾਂਦੇ ਪਰ ਕਹਿਣੀ ਵਿੱਚ ਕੇਵਲ ਵਾਦ ਵਿਵਾਦ ਹੁੰਦਾ ਹੈ ਓਏ ਨਾ ਵਰਗਾ ਹੀ ਕਹਿਣੀ ਦਾ ਮੁੱਲ ਸਮਝੋ ਕਰਨੀ ਵਿੱਚ ਹੀ ਅਸਲ ਸਵਾਦ ਹੁੰਦਾ ਕਿਆ ਬਾਤ ਹੈ ਜੀ ਇਹ ਆ ਜੀ ਦੁਨੀਆਦਾਰੀ ਵਧੀਆ ਬਈ ਬਣਦਾ ਸਰਦਾ ਦਿਓ ਸਨਮਾਨ ਸਭਨਾ ਬਣਦਾ ਸਰਦਾ ਦਿਓ ਮਾਨ ਸਨਮਾਨ ਸਭਨਾ ਹੱਕ ਸੱਚ ਅਤੇ ਇਨਸਾਫ ਦੇ ਨਾਲ ਖੜੀਏ ਓਏ ਲੈਣੇ ਦੇ ਦੇਣੇ ਨਾ ਜਾਣ ਪੈ ਕਿਧਰੇ ਖਾਮ ਖਾਂ ਨਾ ਸੱਤਵੇਂ ਅਸਮਾਨ ਚੜੀਏ ਬਈ ਅੱਜ ਕਹਿਣੀ ਤੇ ਕਰਨੀ ਤੋਂ ਕੋਹਾਂ ਦੂਰ ਲੋਕੀ ਅੱਜ ਕਹਿਣੀ ਮੈਂ ਇਹ ਪੱਖ ਦੱਸ ਰਹੀ ਕਹਿਣੀ ਤੇ ਕਰਨੀ ਦਾ ਪੱਖ ਰੱਖ ਰਿਹਾ ਮੈਂ ਸਿਰਫ ਅੱਜ ਕਹਿਣੀ ਤੇ ਕਰਨੀ ਤੋਂ ਕੋਹਾਂ ਦੂਰ ਲੋਕੀ ਕਥਾਵਾਂ ਧਰਮ ਦੀਆਂ ਨਿੱਤ ਦੁਹਰਾਈ ਜਾਂਦੇ ਓਏ ਵੇਖ ਸੁਣ ਕੇ ਅੰਦਰ ਕੰਬ ਜਾਂਦਾ ਝੂਠੇ ਸੱਚਿਆਂ ਸਬਕ ਸਿਖਾਈ ਜਾਂਦੇ ਇਹ ਕਾਹਦੀ ਦੁਨੀਆਦਾਰੀ ਹੋਈ ਯਾਰ ਆਖਰੀ ਆਖਰੀ ਬੰਦ ਬੋਲ ਕੇ ਢੱਕ ਸਾਹਿਬ ਤੁਹਾਤੋਂ ਖਿਮਾ ਜਾਚਨਾ ਬਈ ਦਾਨੇ ਪਰਦਾਨੇ ਕਹਿਣੀ ਨੂੰ ਇੱਕ ਕਲਾ ਆਖਣ ਦਾਨੇ ਪਰਦਾਨੇ ਕਹਿਣੀ ਨੂੰ ਇੱਕ ਕਲਾ ਆਖਣ ਜਿਹਦੇ ਵਿੱਚ ਹੰਕਾਰ ਦੀ ਬਦਬੂ ਹੁੰਦੀ ਓਏ ਕਰਨੀ ਵਾਸਤੇ ਕਰਨੀ ਕਮਾਈ ਪੈਂਦੀ ਇਹਦੇ ਵਿੱਚ ਹੀ ਹਲੀਮੀ ਦੀ ਖੁਸ਼ਬੂ ਹੁੰਦੀ ਕਿਆ ਬਾਤ ਹੈ ਜੀ ਆਖਰੀ ਦੋ ਲਾਂਦੇ ਨੇ ਢੱਕ ਸਾਹਿਬ ਬਈ ਥੋੜੇ ਚਿਰ ਲਈ ਕਹਿਣੀ ਭਾਵੇਂ ਕਰ ਕਮਾਲ ਜਾਵੇ ਥੋੜੇ ਚਿਰ ਲਈ ਕਹਿਣੀ ਭਾਵੇਂ ਕਰ ਕਮਾਲ ਜਾਵੇ ਪਰ ਲੰਮੇ ਸਮੇਂ ਲਈ ਉਹਦੀ ਨਾ ਸ਼ਾਨ ਹੁੰਦੀ ਓਏ ਕਹੋ ਘੱਟ ਤੇ ਬਹੁਤਾ ਕਰੋ ਭੋਗਲ ਕੇਵਲ ਕਰਨੀ ਹੀ ਜੱਗ ਪ੍ਰਧਾਨ ਹੁੰਦੀ ਓਏ ਕਹੋ ਘੱਟ ਤੇ ਬਹੁਤਾ ਕਰੋ ਭੋਗਲ ਕੇਵਲ ਕਰਨੀ ਹੀ ਜੱਗ ਪ੍ਰਧਾਨ ਹੁੰਦੀ ਯਾਰੋ ਕੇਵਲ ਕਰਨੀ ਹੀ ਜੱਗ ਪ੍ਰਧਾਨ ਹੁੰਦੀ ਟੱਕ ਸਾਹਿਬ ਕਹਿਣੀ ਤੇ ਕਰਨੀ ਬਹੁਤ ਉੱਤਮ ਦੁਨੀਆਦਾਰੀ ਹੈ ਵਾਕੇ ਜੀ ਸਾਨੂੰ ਮੰਨਣਾ ਪਏਗਾ ਬਾਕੀ ਤਾਂ ਅਸੀਂ ਇੱਧਰ ਝੂਠ ਇੱਧਰ ਲਾਉਣੇ ਇੱਧਰ ਵਜਾਉਣੇ ਆ ਫੇਰ ਕਹਿੰਦੇ ਨੇ ਜੀ ਇਹ ਦੁਨੀਆਦਾਰੀ ਆ ਇਹ ਤਾਂ ਹੈ ਜੀ ਮੈਂ ਉਹ ਗੱਲ ਕਰ ਰਿਹਾ ਸੀ ਨਾ ਵੀ ਜ਼ਰੂਰੀ ਨਹੀਂ ਵੀ ਆਪਾਂ ਨੂੰ ਬੁਰੇ ਕਰਮਾਂ ਦੀ ਇਹ ਸਜ਼ਾ ਮਿਲਦੀ ਕਈ ਵਾਰੀ ਬਹੁਤ ਜ਼ਿਆਦਾ ਚੰਗਾ ਹੋਣ 'ਚ ਵੀ ਜਿਹੜਾ ਨਾ ਉਹ ਸਜ਼ਾ ਮਿਲਦੀ ਹੈ ਸੋ ਇਹ ਜਿਹੜੀ ਦੁਨੀਆਦਾਰੀ ਆਪਾਂ ਨੂੰ ਵਾੜੀ ਪੈਂਦੀ ਹੈ ਕਿਉਂਕਿ ਬੰਦਾ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰਦਾ ਚਾਹ ਕਿ ਪਰ ਤੁਸੀਂ ਫਿਕਰ ਨਾ ਕਰੋ ਹਮੇਸ਼ਾ ਚੰਗੇ ਕੰਮ ਕਰੋ ਤਾਂ ਕਿ ਤਾਂ ਮੈਂ ਇਹ ਪੱਖ ਰੱਖਿਆ ਭਈ ਕਹਿਣੀ ਕਰਨੀ ਤੇ ਬਹੁਤ ਉੱਤਮ ਦੁਨੀਆਦਾਰੀ ਇਹ ਆ ਸਾਰੀ ਦੁਨੀਆਦਾਰੀ ਚੋਂ ਉੱਤਮ ਕਹਿਣੀ ਕਰਨੀ ਆ ਜਿਹੜੀ ਕਹਿਣੀ ਕਹਿਣੀ ਤੇ ਕਰਨੀ ਇਹ ਸਭ ਤੋਂ ਉੱਤਮ ਦੁਨੀਆਦਾਰੀ ਹੈ ਵਾਕਈ 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 ਸੱਚੀ ਗੱਲ ਹੈ ਜੀ
ਹਾਂ ਮੈਂ ਇਹ ਪੱਖ ਤਾਂ ਰੱਖਿਆ, ਹੋਰ ਮੈਂ ਕਹਿਣ ਨੂੰ ਬੜਾ ਕੁਝ ਆ ਮੇਰੇ ਕੋਲ ਕਿ ਡਾਕਟਰ ਸਾਹਿਬ ਤੁਹਾਨੂੰ ਸ਼ਾਇਦ ਪਤਾ ਹੋਵੇ। ਮੈਨੂੰ ਪਤਾ ਜੀ, ਤੁਸੀਂ ਤਾਂ ਇਹ ਕਹਿੰਦੇ ਹੁੰਦੇ ਨਾ ਇੱਕ ਖਦਾਨ ਹੋ ਜਿੱਥੋਂ ਜਿੰਨਾ ਮਰਜ਼ੀ ਕੱਢੀ ਜਾਓ ਖਤਮ ਨਹੀਂ ਹੋਣੀ, ਸੋ ਉਹ ਗੱਲ ਆ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖਿਆ ਰੁਪਿੰਦਰ ਜੀ ਕਿੰਨਾ ਬੋਲ ਕੇ ਕਹਿੰਦੇ, ਪਵਨ ਸਾਹਿਬ ਇਹ ਬਹੁਤ ਵਧੀਆ ਲਿਖਦੇ ਨੇ, ਬਾਕੀ ਇਹ ਕਿੰਨਾ ਜਿੱਦਾਂ ਇਹਨਾਂ ਕੋਲ ਖਜ਼ਾਨਾ ਹੈ ਪੂਰਾ, ਤੇ ਸਾਡਾ ਤਾਂ ਬਸ ਨਹੀਂ ਚੱਲਦਾ, ਨਹੀਂ ਤੁਸੀਂ ਇਹਨਾਂ ਕੋਲ ਖਜ਼ਾਨਾ ਖੋ ਕੇ ਲੈ ਆਈਏ ਉਹ, ਪਰ ਵਾਕਈ ਬਹੁਤ ਵਧੀਆ ਲਿਖਦੇ ਨੇ ਇਹ। ਸੋ ਜਿਸ ਤਰ੍ਹਾਂ ਇਹਨੇ ਗੱਲ ਕੀਤੀ ਕਿ ਇਹ ਜਿਹੜੀ ਦੁਨੀਆਦਾਰੀ ਆਪਾਂ ਨੂੰ ਰੁਵਾਣੀ ਪੈਂਦੀ ਆ, ਕੀ ਕਰੀਏ। ਤੇ ਹੋਰ ਤੁਸੀਂ ਕੀ ਕਹਿਣਾ ਚਾਹੋਗੇ, ਤੁਸੀਂ ਆਪਣੀ ਗੱਲ ਪੂਰੀ ਕਰ ਲਓ ਹੁਣ ਜੋ ਕਹਿ ਰਹੇ ਸੀਗੇ। ਹਾਂਜੀ, ਮੈਂ ਉਹੀ ਕਹਿਣਾ ਚਾਹੁੰਦੇ, ਭੁਗਲ ਸਾਹਿਬ ਨੇ ਬਹੁਤ ਵਧੀਆ ਸੱਚੀਆਂ ਗੱਲਾਂ ਦੱਸੀਆਂ, ਦੁਨੀਆਦਾਰੀ ਜਿਹੜੀ ਨਿਭਾਉਣੀ ਪੈਂਦੀ ਹੈ ਜੀ, ਵਾਕਿਆ ਚ ਕੋਈ ਦੋਈ ਸ਼ੱਕ ਨਹੀਂ। ਹਾਂਜੀ, ਜਿਹੜੀ ਮੇਰੀ ਅਗਲੀ ਜਿਹੜੀ ਰਚਨਾ ਮੈਂ ਹੁਣ ਤੁਹਾਡੇ ਰੂਬਰੂ ਕਰ ਰਿਹਾ ਜੀ, ਉਹ ਵੀ ਜਿਹੜੀ ਆ ਦੁਨੀਆਦਾਰੀ ਦੇ ਨਾਲ ਰਿਲੇਟਡ ਹੀ ਹੈ, ਕਿਉਂਕਿ ਅੱਜ ਦਾ ਆਪਣਾ ਵਿਸ਼ਾ ਹੀ ਦੁਨੀਆਦਾਰੀ ਹੈ ਨਾ। ਉਹਦੇ ਵਿੱਚ ਜਿਹੜਾ ਹੈਗਾ ਕਿ ਤੁਹਾਨੂੰ ਪਤਾ ਲੱਗੂਗਾ ਕਿ ਦੁਨੀਆ ਜਿਹੜੀ ਆ ਕਦੋਂ ਤੁਹਾਡੀ ਗੱਲ ਪੁੱਛਦੀ, ਜਦੋਂ ਤੁਹਾਨੂੰ ਆਪ ਮੁਸੀਬਤ 'ਚ ਫਸੇ ਹੁੰਦੇ ਨਾ, ਉਦੋਂ ਤੁਹਾਨੂੰ ਕੋਈ ਪਾਣੀ ਦਾ ਗਲਾਸ ਨਹੀਂ ਪੁੱਛਦਾ ਇਹ ਹਕੀਕਤ ਹੈ ਦੁਨੀਆ ਦੀ। ਪਹਿਲੇ ਕਹਿ ਗਏ ਨਾ ਕਈ ਰਿਸ਼ਤੇ ਐਸੇ ਹੁੰਦੇ ਆ ਜਿਸ ਤਰ੍ਹਾਂ ਤਾਂ ਨਿਭਾਉਂਦੇ ਆ ਵੀ ਸ਼ਾਇਦ ਕਦੋਂ ਕੱਲ੍ਹ ਨੂੰ ਸਾਨੂੰ ਕੋਈ ਮਤਲਬ ਪੈ ਸਕੇ, ਪਰ ਜਦੋਂ ਉੱਥੇ ਆਉਂਦੀ ਆ ਫਿਰ ਕੋਈ ਨਾਲ ਖੜਾ ਵੀ ਨਹੀਂ ਹੁੰਦਾ। ਬਿਲਕੁਲ ਜੀ ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜਾ ਦੁਨੀਆਦਾਰੀ ਆ ਇਹ ਅੱਜ ਕੱਲ੍ਹ ਦਾ ਜਿਹੜਾ ਹੈ ਨਾ ਸਮਾਂ ਜਿਹੜਾ ਹੈਗਾ ਉਹ ਹੈ ਹੀ ਮਤਲਬ ਪ੍ਰਸ ਦੁਨੀਆ। ਕਵਿਤਾ ਹੈ ਜੀ, ਜ਼ਿੰਦਗੀ ਜਿਉਣ ਦੇ ਲਈ ਜ਼ਿੰਦਗੀ ਖਰਚ ਦਿੱਤੀ, ਜ਼ਿੰਦਗੀ ਜਿਉਣ ਦੇ ਲਈ ਜ਼ਿੰਦਗੀ ਖਰਚ ਦਿੱਤੀ, ਬੜਾ ਪਛਤਾਏ ਜਦੋਂ ਅੰਤ ਵੇਲਾ ਆ ਗਿਆ। ਜ਼ਿੰਦਗੀ ਜਿਉਣ ਦੇ ਲਈ ਜ਼ਿੰਦਗੀ ਖਰਚ ਦਿੱਤੀ, ਬੜਾ ਪਛਤਾਏ ਜਦੋਂ ਅੰਤ ਵੇਲਾ ਆ ਗਿਆ। ਪੈਸੇ ਦੀਆਂ ਗੱਠੀਆਂ ਨਾ ਸਾਹ ਨਾ ਖਰੀਦ ਹੋਏ, ਅੱਖਾਂ ਮੂਹਰੇ ਕਾਲਾ ਜਿਹਾ ਹਨੇਰਾ ਜਿਹਾ। ਜ਼ਿੰਦਗੀ ਜਿਉਣ ਦੇ ਲਈ ਜ਼ਿੰਦਗੀ ਖਰਚ ਦਿੱਤੀ, ਆਪਣੇ ਆ ਕੰਮਾਂ ਵਿੱਚ ਆ ਧਿਆਨ ਦੇਣਾ ਵੀਰ ਜੀ, ਜਿਹੜਾ ਹੈਗਾ ਨਾ ਇਹ ਦੁਨੀਆਦਾਰੀ ਦੇ ਉੱਤੇ ਜਿਹੜਾ ਪਹਿਰਾ ਹੈ। ਆਪਣਿਆਂ ਕੰਮਾਂ ਵਿੱਚ ਲੋਕ ਸਾਰੇ ਰੁੱਝੇ ਰਹੇ, ਆਪਣਿਆਂ ਕੰਮਾਂ ਵਿੱਚ ਲੋਕ ਸਾਰੇ ਰੁੱਝੇ ਰਹੇ, ਕਿਸੇ ਆਣ ਪੁੱਛੇ ਆ ਨਾ ਦਿਲ ਵਾਲੀ ਬਾਤ ਨੂੰ। ਵਾਜਾਂ ਮਾਰ ਮਾਰ ਮੇਰੇ ਬੁੱਲ ਤੱਕ ਸੁੱਕ ਗਏ, ਤਰਸ ਗਏ ਖਾਲੀ ਹੱਥ ਪਾਣੀ ਦੇ ਗਲਾਸ ਨੂੰ। ਆਪਣਿਆਂ ਕੰਮਾਂ ਵਿੱਚ ਲੋਕ ਸਾਰੇ ਰੁੱਝੇ ਰਹੇ, ਕਿਸੇ ਆਣ ਪੁੱਛੇ ਆ ਨਾ ਦਿਲ ਵਾਲੀ ਬਾਤ ਨੂੰ। ਵਾਜਾਂ ਮਾਰ ਮਾਰ ਮੇਰੇ ਬੁੱਲ ਤੱਕ ਸੁੱਕ ਗਏ, ਤਰਸ ਗਏ ਖਾਲੀ ਹੱਥ ਪਾਣੀ ਦੇ ਗਲਾਸ ਨੂੰ। ਅੱਖਾਂ ਵਿੱਚੋਂ ਤਿਪ ਤਿਪ ਹੰਝੂ ਦਾ ਚੌਂਕ ਲੱਗੇ, ਹੌਕਿਆਂ ਦਾ ਜਿਵੇਂ ਕੋਈ ਹੜ ਗਿਆ ਆ ਗਿਆ। ਜ਼ਿੰਦਗੀ ਜਿਉਣ ਦੇ ਲਈ ਜ਼ਿੰਦਗੀ ਖਰਚ ਦਿੱਤੀ, ਬੜਾ ਪਛਤਾਇਆ ਜਦੋਂ ਅੰਤ ਵੇਲਾ ਆ ਗਿਆ। ਆਖਰੀ ਪਹਿਰਾ ਜੀ, ਦਿਲ ਵਿੱਚ ਮੇਰੇ ਗੱਲਾਂ ਕਿੰਨੀਆਂ ਸੀ ਕਹਿਣ ਨੂੰ, ਦਿਲ ਵਿੱਚ ਮੇਰੇ ਗੱਲਾਂ ਕਿੰਨੀਆਂ ਸੀ ਕਹਿਣ ਨੂੰ, ਪਰ ਕੋਈ ਮੰਨਿਆ ਨਾ ਕੋਲ ਆ ਕੇ ਬਹਿਣ ਨੂੰ। ਦਿਲ ਵਿੱਚ ਮੇਰੇ ਗੱਲਾਂ ਕਿੰਨੀਆਂ ਸੀ ਕਹਿਣ ਨੂੰ, ਪਰ ਕੋਈ ਮੰਨਿਆ ਨਾ ਕੋਲ ਆ ਕੇ ਬਹਿਣ ਨੂੰ। ਹਵਾ ਨਾਲ ਜਦੋਂ ਕਿਤੇ ਬੂਹਾ ਮੇਰਾ ਹਿੱਲਿਆ, ਲੱਗਾ ਜਿਵੇਂ ਆਇਆ ਕੋਈ ਪਤਾ ਮੇਰਾ ਲੈਣ ਨੂੰ। ਹਵਾ ਨਾਲ ਜਦੋਂ ਕਿਤੇ ਬੂਹਾ ਮੇਰਾ ਹਿੱਲਿਆ, ਲੱਗਾ ਜਿਵੇਂ ਆਇਆ ਕੋਈ ਪਤਾ ਮੇਰਾ ਲੈਣ ਨੂੰ। ਪਰ ਇਹ ਤਾਂ ਵਹਿਮ ਸੀ ਵੇ ਮੇਰਾ ਰੌਲੀ ਵਾਲਿਆ, ਪਰ ਇਹ ਤਾਂ ਵਹਿਮ ਸੀ ਵੇ ਮੇਰਾ ਰੌਲੀ ਵਾਲਿਆ, ਜਿਹੜਾ ਮੈਨੂੰ ਹਰ ਵੇਲੇ ਸੋਚਾਂ ਵਿੱਚ ਪਾ ਗਿਆ। ਜ਼ਿੰਦਗੀ ਜਿਉਣ ਦੇ ਲਈ ਜ਼ਿੰਦਗੀ ਖਰਚ, ਬੜਾ ਪਛਤਾਇਆ ਜਦੋਂ ਅੰਤ ਵੇਲਾ। ਇਹ ਜੀ ਦੁਨੀਆ ਦੀ ਸੱਚਾਈ ਹੈ ਢੱਟ ਸਾਹਿਬ, ਕਿ ਢੱਟ ਸਾਹਿਬ ਜਦੋਂ ਤੁਹਾਡੇ ਤੇ ਮਾੜਾ ਵੇਲਾ ਆਉਂਦਾ ਨਾ, ਉਦੋਂ ਲੋਕ ਜਿਹੜੇ ਨਾ ਤੁਹਾਨੂੰ ਜਾਣ ਪਛਾਣ ਵਾਲੇ ਆ ਨਾ, ਉਹ ਵੀ ਆਪਣਾ ਮੂੰਹ ਘੁਮਾ ਕੇ ਲੰਘ ਜਾਂਦੇ ਵੀ ਇਹਦਾ ਕੀ ਹੈ, ਕਿਤੇ ਕੋਈ ਸਾਡੇ ਕੋਈ ਕੰਮ ਹੀ ਨਾ ਕਰ ਕਹਿਦੇ ਸਾਨੂੰ ਹਨਾ। ਉਹੀ ਦੁਨੀਆ ਜਦੋਂ ਆਪਣਾ ਮਤਲਬ ਹੁੰਦਾ ਵਾ ਹਨਾ, ਸਾਰਾ ਕਰਦੇ ਆਪਣੇ ਆਪਣਾ ਜਿਹੜਾ ਕੰਮ ਲੈਣ ਲਈ। ਇਹ ਤਾਂ ਗੱਲ ਸੱਚੀ ਹੈ, ਕਿਉਂਕਿ ਮੈਂ ਪਹਿਲਾਂ ਹੀ ਕਿਹਾ ਵੀ ਦੁਨੀਆ ਮਤਲਬ ਖੋਰਾਂ ਦੀ ਹੈ, ਜਦੋਂ ਆਪਣਾ ਮਤਲਬ ਨਿਕਲ ਜਾਂਦਾ ਤੁਹਾਨੂੰ ਛੱਡ ਕੇ ਚੱਲ ਜਾਂਦੇ ਆ, ਪਰ ਫਿਰ ਵੀ ਜਿਹੜਾ ਤੁਹਾਨੂੰ ਆਪਣਾ ਜੋ ਚੰਗੇ ਕੰਮ ਹੈ ਚੰਗੇ ਕਰਮ ਉਹ ਕਰਦੇ ਰਹਿਣਾ ਚਾਹੀਦਾ, ਕਿਉਂਕਿ ਕਿਤੇ ਨਾ ਕਿਤੇ ਉੱਪਰ ਵਾਲਾ ਤਾਂ ਦੇਖ ਹੀ ਰਿਹਾ ਹੈ ਨਾ, ਕਿ ਉਹ ਉਹਦੀ ਅਦਾਲਤ ਵਿੱਚ ਜਦੋਂ ਸੁਣਵਾਈ ਹੋਣੀ ਆ ਉਸ ਵੇਲੇ ਤਾਂ ਤੁਹਾਨੂੰ
ਜਿਹੜਾ ਤੁਸੀਂ ਚੰਗੇ ਕੰਮ ਕੀਤੇ ਉਹਨਾਂ ਹੀ ਫਲ ਮਿਲਣਾ ਹੈ। ਮੈਂ ਇੱਕ ਕਿਸੇ ਸ਼ਾਇਰ ਦੀ ਮੈਨੂੰ ਗੱਲ ਯਾਦ ਆਈ ਸੀ, ਉਹ ਕਹਿੰਦਾ ਦੁਨੀਆਦਾਰੀ ਮੇਂ ਹਮ ਥੋੜੇ ਕੱਚੇ ਹੈਂ, ਦੁਨੀਆਦਾਰੀ ਮੇਂ ਹਮ ਥੋੜੇ ਕੱਚੇ ਹੈਂ, ਪਰ ਦੋਸਤੀ ਕੇ ਮਾਮਲੇ ਮੇਂ ਹਮ ਸੱਚੇ ਹੈਂ। ਹਮਾਰੀ ਸੱਚਾਈ ਬਸ ਇਸ ਬਾਤ ਪੇ ਟਿਕੀ ਹੈ, ਹਮਾਰੀ ਸੱਚਾਈ ਬਸ ਇਸ ਬਾਤ ਪੇ ਟਿਕੀ ਹੈ ਕਿ ਹਮ ਦਿਲ ਕੇ ਬਹੁਤ ਅੱਛੇ ਹੈਂ। ਸੋ ਦੋਸਤੋ, ਜਿਹੜੀ ਤੁਸੀਂ ਦਿਲ ਦੇ ਸਾਫ਼ ਹੋ ਤਾਂ ਤੁਹਾਡਾ ਦਿਲ ਸਾਫ਼ ਹੈ ਤਾਂ ਤੁਹਾਡੇ ਨਾਲ ਰੱਬ ਹੀ ਹੈ, ਸਾਰੀ ਦੁਨੀਆਂ ਤੁਹਾਡੇ ਨਾਲ ਹੈ। ਬਾਕੀ ਜਿਹੜੇ ਜਿੱਦਾਂ ਕਿਹਾ ਦੋ ਧਾਰੀ ਤਲਵਾਰ ਹੈ, ਤਲਵਾਰ ਦੇ ਦੋਨੋਂ ਪਾਸੇ ਮੂੰਹ ਹੋਣਗੇ, ਚੰਗੇ ਬੰਦੇ ਵੀ ਹੈ ਮਾੜੇ ਵੀ ਹੈ। ਸੋ ਜਿਹੜੇ ਮਾੜੇ ਹੋਗੇ ਉਹ ਤੁਹਾਨੂੰ ਛੱਡ ਕੇ ਚਲੇ ਜਾਓਗੇ, ਜਿਹੜੇ ਚੰਗੇ ਆ ਤੁਹਾਡੇ ਨਾਲ ਖੜੇ ਰਹੋਗੇ। ਔਰ ਮੈਂ ਤਾਂ ਇਹੀ ਅਰਦਾਸ ਕਰੂੰਗਾ ਕਿ ਹਮੇਸ਼ਾ ਤੁਹਾਨੂੰ ਚੰਗੇ ਬੰਦੇ ਮਿਲਣ, ਜਿਹੜੇ ਮਾੜੇ ਬੰਦੇ ਆ। ਠੀਕ ਹੈ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਸ ਦੁਨੀਆਦਾਰੀ ਵਿੱਚ ਤੁਹਾਨੂੰ ਕਰਦੇ ਪਾਉਂਦੇ ਹੋਏ ਮਾੜੇ ਬੰਦੇ ਵੀ ਮਿਲਣੇ ਆ, ਪਰ ਉਹਨਾਂ ਵਿੱਚ ਤੁਹਾਨੂੰ ਪੂਰੀ ਦੁਨੀਆਂ ਦੇ ਦਰਸ਼ਨ ਹੋ ਜਾਂਦੇ ਆ। ਸੋ ਆਪਾਂ ਉਹਨਾਂ ਨੂੰ ਵੀ ਮਾੜਾ ਨਹੀਂ ਕਹਿ ਸਕਦੇ, ਕਿਉਂਕਿ ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਹਾਡੇ ਨਾਲ ਉਸ ਵੇਲੇ ਕੌਣ ਖੜਾ ਕੌਣ ਨਹੀਂ ਖੜਾ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਬਿਲਕੁਲ ਮੁਸ਼ਕਿਲ ਪੈਂਦੀ ਹੈ, ਉਦੋਂ ਬੰਦਾ ਤੁਹਾਨੂੰ ਛੱਡ ਕੇ ਚੱਲ ਜਾਂਦਾ ਹੈ। ਬਿਲਕੁਲ ਟੈਕ ਸਾਹਿਬ, ਪਰ ਉਹਦੇ ਵਿੱਚ ਇਹ ਨਾ ਦੁਨੀਆਦਾਰੀ 'ਚ ਜਿਹੜੇ ਮਾੜੇ ਲੋਕ ਆ ਉਹ ਵੀ ਉਹਨਾਂ ਦਾ ਵੀ ਉਦੋਂ ਪਤਾ ਲੱਗਦਾ ਜਦੋਂ ਸਾਡਾ ਉਹਨਾਂ ਨਾਲ ਵਾਹ ਪੈਂਦਾ। ਉਦਾਂ ਤਾਂ ਆਪਾਂ ਦੇਖੀਏ ਤਾਂ ਦੁਨੀਆ ਸਾਰੀ ਚੰਗੀ ਹੈ, ਪਰ ਪਤਾ ਉਦੋਂ ਲੱਗਦਾ ਜਿਹਨਾਂ ਨਾਲ ਸਾਨੂੰ ਵਾਹ ਪੈਂਦਾ, ਜਦੋਂ ਜਿਨ੍ਹਾਂ ਤੇ ਬਹੁਤ ਜ਼ਿਆਦਾ ਇਤਬਾਰ ਹੁੰਦਾ ਉਹ ਤੁਹਾਡੇ ਜਦੋਂ ਫਿਰ ਉਹ ਮੂੰਹ ਫੇਰਦੇ ਆ ਨਾ, ਉਦੋਂ ਫਿਰ ਲੱਗਦਾ ਕਿ ਵਾਕਿਆ ਹੀ ਦੁਨੀਆਦਾਰੀ ਜਿਹੜੀ ਹੈ ਨਾ ਇਹ ਆਪਣੀਆਂ ਲੋੜਾਂ ਵੱਲ ਵੇਖਦੀ, ਆਪਣਾ ਫਾਇਦਾ ਵੇਖਦੀ ਹੈ, ਉਦੋਂ ਦਿਲ ਉਦਾਸ ਹੁੰਦਾ। ਵੈਸੇ ਤਾਂ ਦੁਨੀਆ ਵੇਖਣ ਨੂੰ ਤਾਂ ਬਹੁਤ ਖੂਬਸੂਰਤ ਲੱਗਦੀ ਹੈ ਨਾ ਜੀ। ਦੇਖੋ, ਦੁਨੀਆ ਇਹਦੇ ਰੱਬ ਨੇ ਬਣਾਈ ਹੈ ਹਨਾ, ਆਪਾਂ ਨੂੰ ਤਾਂ ਇਸ ਕਰਕੇ ਬਣਾ ਕੇ ਭੇਜਿਆ ਕਿ ਆਪਾਂ ਪਿਆਰ ਨਾਲ ਰਹੀਏ, 4 ਦਿਨ ਦੀ ਜ਼ਿੰਦਗੀ ਹੈ। ਪਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਦੁਨੀਆ 'ਚ ਮਾੜੇ ਲੋਕ ਵੀ ਵਿਚਰਦੇ ਨੇ ਔਰ ਉਹ ਵੀ ਦੁਨੀਆਦਾਰੀ ਹੈ, ਪਰ ਜਦ ਤੱਕ ਅਸੀਂ ਉਹਨਾਂ ਨੂੰ ਮਿਲਦੇ ਨਹੀਂ ਸਾਨੂੰ ਪਤਾ ਨਹੀਂ ਲੱਗਦਾ ਅਸਲ ਦੁਨੀਆਦਾਰੀ ਹੈ ਕੀ। ਕਿਉਂਕਿ ਜੇ ਤੁਹਾਨੂੰ ਸਿਰਫ ਚੰਗੇ ਦੋਸਤ ਮਿਲਦੇ ਰਹੇ ਮਾੜੇ ਨਾ ਮਿਲੇ ਨਾ, ਫਿਰ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਦੁਨੀਆਦਾਰੀ ਐਕਚੁਅਲੀ ਹੈ ਕੀ ਹੈ। ਹਾਂਜੀ ਹਾਂਜੀ, ਹੁਣ ਇਹਦੇ ਇਹਦੇ ਬਾਬਤ ਟਾਕ ਸਾਹਿਬ ਮੈਂ ਨਾ ਇੱਕ ਨਵੀਂ ਰਚਨਾ ਲਿਖੀ ਸੀ ਜਿਹੜੀ ਆਪਣੇ ਆਪ ਨੂੰ ਜਿਹੜੀ ਆ ਮੁਖਾਤਿਬ ਹੋ ਕੇ ਕਹੀ ਗਈ ਹੈ ਨਾ, ਕਿ ਜਿੱਦਾਂ ਤੁਸੀਂ ਦੁਨੀਆ 'ਚ ਵਿਚਰਦੇ ਆ ਤੇ ਤੁਸੀਂ ਆਪਣੇ ਆਪ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਨਾ, ਉਹ ਮੈਂ ਤੁਹਾਡੇ ਨਾਲ ਪੇਸ਼ ਕਰਨਾ ਚਾਹੁੰਦਾ ਜੀ, ਇਜਾਜ਼ਤ ਹੈ ਨਾ। ਹਾਂਜੀ ਜ਼ਿਆਦਾ ਜੀ, ਕਵਿਤਾ ਹੈ, ਕਵਿਤਾ ਹੈ, ਖੁਦ ਨੂੰ ਮਾੜਾ ਕਦੇ ਕਿਸੇ ਤੋਂ ਸਮਝੀ ਨਾ, ਖੁਦ ਨੂੰ ਮਾੜਾ ਕਦੇ ਕਿਸੇ ਤੋਂ ਸਮਝੀ ਨਾ, ਖੁਦ ਵਿੱਚ ਲੱਭੀ ਛੁਪਿਆ ਹੈ ਜੋ ਖਾਸ ਜਿਹਾ, ਖੁਦ ਨੂੰ ਮਾੜਾ ਕਦੇ ਕਿਸੇ ਤੋਂ ਸਮਝੀ ਨਾ, ਖੁਦ ਵਿੱਚ ਲੱਭੀ ਛੁਪਿਆ ਹੈ ਜੋ ਖਾਸ ਜਿਹਾ, ਮਿਹਨਤ ਵਾਲੀ ਵੇਲ ਨੂੰ ਪਾਣੀ ਦਿੰਦਾ ਰਹੀ, ਇੱਕ ਦਿਨ ਹੋ ਜਾਊ ਪੌਦਾ ਹਰਿਆ ਆਸ ਜਿਹਾ, ਖੁਦ ਨੂੰ ਮਾੜਾ ਕਦੀ ਕਿਸੇ ਤੋਂ ਸਮਝੀ ਨਾ। ਅਗਲਾ ਪੈਰਾ ਜੀ, ਦੁੱਖ ਵਿੱਚ ਵੀ ਇੱਕ ਚੀਜ਼ ਤਾਂ ਚੰਗੀ ਹੁੰਦੀ ਹੈ, ਦੁੱਖ ਵਿੱਚ ਵੀ ਇੱਕ ਚੀਜ਼ ਤਾਂ ਚੰਗੀ ਹੁੰਦੀ ਹੈ, ਆਪਣੇ ਅਤੇ ਬੇਗਾਨੇ ਪਰਖੇ ਜਾਂਦੇ ਨੇ, ਹਰ ਦਹਿਲੀਜ਼ ਤੇ ਟੁੱਟਦੇ ਮੋਤੀ ਆਸਾਂ ਦੇ, ਬੰਦੇ ਉੱਤੇ ਮਾੜੇ ਦਿਨ ਜਦ ਆਉਂਦੇ ਨੇ। ਦੁੱਖ ਵਿੱਚ ਵੀ ਇੱਕ ਚੀਜ਼ ਤਾਂ ਚੰਗੀ ਹੁੰਦੀ ਹੈ, ਆਪਣੇ ਅਤੇ ਬੇਗਾਨੇ ਪਰਖੇ ਜਾਂਦੇ ਨੇ, ਹਰ ਦਹਿਲੀਜ਼ ਤੇ ਟੁੱਟਦੇ ਮੋਤੀ ਆਸਾਂ ਦੇ, ਬੰਦੇ ਉੱਤੇ ਮਾੜੇ ਦਿਨ ਜਦ ਆਉਂਦੇ ਨੇ। ਦੁੱਖ ਵਿੱਚ ਜਦ ਵੀ ਟੁੱਟਦਾ ਹੈ ਦਿਲ ਬੰਦੇ ਦਾ, ਸਭ ਤੋਂ ਹੀ ਉੱਠ ਜਾਂਦਾ ਹੈ ਵਿਸ਼ਵਾਸ ਜਿਹਾ, ਖੁਦ ਨੂੰ ਮਾੜਾ ਕਦੇ ਕਿਸੇ ਤੋਂ ਸਮਝੀ ਨਾ, ਖੁਦ ਵਿੱਚ ਲੱਭੀ ਛੁਪਿਆ ਹੈ ਜੋ ਖਾਸ ਜਿਹਾ, ਕਦੇ ਕਿਸੇ ਦੇ ਅੱਗੇ ਹੱਥ ਤੂੰ ਅੱਡਣਾ। ਆਹ ਜਿਹੜਾ ਪਹਿਰਾ ਸਰ, ਮੈਂ ਇੱਕ ਸੰਦੇਸ਼ ਹੀ ਦੇਣਾ ਚਾਹੁੰਦਾ ਹਰ ਉਸ ਇਨਸਾਨ ਨੂੰ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਲਾਈਵ ਦੇਖ ਰਿਹਾ ਜੀ, ਕਦੇ ਕਿਸੇ ਦੇ ਅੱਗੇ ਹੱਥ ਤੂੰ ਅੱਡੀ ਨਾ, ਪੱਥਰਾਂ ਦੇ ਤੂੰ ਸ਼ਹਿਰ 'ਚ ਸ਼ੀਸ਼ੇ ਲੱਭੀ ਨਾ, ਕਦੇ ਕਿਸੇ ਦੇ ਅੱਗੇ ਹੱਥ ਅੱਡੀ ਨਾ, ਪੱਥਰਾਂ ਦੇ ਤੂੰ ਸ਼ਹਿਰ 'ਚ ਸ਼ੀਸ਼ੇ ਲੱਭੀ ਨਾ, ਆਖਰੀ ਸਾਹ ਤੱਕ ਯੋਧਾ ਬਣ ਕੇ ਲੜਦਾ ਰਹੀ, ਪਿੱਠ ਵਿਖਾ ਕੇ ਕਾਇਰ ਵਾਂਗੂ ਭੱਜੀ ਨਾ। ਜਦ ਤੇਥੋਂ ਨਾ ਸੁਲਝਣ ਗੁੰਝਲਾਂ ਵਕਤ ਦੀਆਂ, ਜਦ ਤੇਥੋਂ ਨਾ ਸੁਲਝਣ ਗੁੰਝਲਾਂ ਵਕਤ ਦੀਆਂ, ਹੁੰਦੜਾ ਨਾ ਤੂੰ ਹੋਵੀਂ ਕਦੇ ਉਦਾਸ ਜਿਹਾ, ਖੁਦ ਨੂੰ ਮਾੜਾ ਕਦੇ ਕਿਸੇ ਤੋਂ ਸਮਝੀ ਨਾ, ਖੁਦ ਵਿੱਚ ਲੱਭੀ ਛੁਪਿਆ ਹੈ ਜੋ ਖਾਸ ਜਿਹਾ।
ਸੋ ਇਹ ਸੀ ਜੀ ਮੇਰੀ ਰਚਨਾ, ਔਰ ਇਹਦੇ ਵਿੱਚ ਇੱਕ ਮੈਂ ਸੰਦੇਸ਼ ਵੀ ਦਿੱਤਾ ਹੈ ਕਿ ਜਦੋਂ ਆਪਾਂ ਨੂੰ ਲੱਗੇ ਨਾ ਕਿ ਦੁਨੀਆਦਾਰੀ ਤੁਹਾਡੇ ਨਾਲ ਕੀ ਕਰਦੀ ਆ, ਠੱਗੀ ਕਰਦੀ, ਤੁਸੀਂ ਚੰਗੇ ਆ, ਪਰ ਹਰ ਕੋਈ ਬੰਦਾ ਜਿਹੜਾ ਤੁਹਾਡੇ ਤੋਂ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦਾ, ਤਾਂ ਉਦੋਂ ਤੁਸੀਂ ਸੋਚੋ ਵੀ ਤੁਸੀਂ ਕਿਹੜਾ ਕਿਸੇ ਤੋਂ ਮਾੜੇ ਆ, ਹਨਾ, ਤੁਸੀਂ ਆਪਣਾ ਰਾਹ ਆਪ ਬਣਾਓ। ਮੇ ਵੀ ਮੇਰੇ ਖਿਆਲ ਨਾਲ ਇਹ ਜਿਹੜਾ ਜਿਹੜੀ ਸੋਚ ਸਭ ਨੂੰ ਅਪਣਾਉਣੀ ਚਾਹੀਦੀ। ਵਾਕਈ ਵਾਕਈ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਆਪਣੀ ਜਿਹੜੀ ਆਪਣੇ ਨੂੰ ਕਦੀ ਮਾੜਾ ਨਹੀਂ ਸਮਝਣਾ ਚਾਹੀਦਾ। ਸੋ ਦੁਨੀਆਦਾਰੀ ਹੈ ਪਰ ਨਿਭਾਣੀ ਵੀ ਪੈਂਦੀ ਹੈ। ਹੁੰਡਲ ਜੀ ਮੈਨੂੰ ਤੁਸੀਂ ਜਦੋਂ ਬੋਲ ਰਹੇ ਸੀ ਮੈਨੂੰ ਵੀ ਇੱਕ ਚੰਦ ਲਾਈਨਾਂ ਯਾਦ ਆ ਗਈਆਂ, ਸੋ ਉਹ ਮੈਂ ਸਾਰੇ ਸ਼ਰੋਤਿਆਂ ਦੀ ਨਜ਼ਰ ਕਰ ਰਿਹਾ। ਕਹਿੰਦੇ ਦੁਨੀਆ ਵੀ ਦੇਖੀ ਦੁਨੀਆਦਾਰੀ ਵੀ ਦੇਖੀ, ਦੁਨੀਆ ਵੀ ਦੇਖੀ ਦੁਨੀਆਦਾਰੀ ਵੀ ਦੇਖੀ, ਦਿਲਾਂ ਉੱਤੇ ਚੱਲਦੀ ਮੈਂ ਆਰੀ ਵੀ ਦੇਖੀ। ਕਹਿੰਦੇ ਸੀ ਉਮਰ ਭਰ ਨਿਭਾਵਾਂਗੇ ਸਾਥ ਜੋ, ਕਹਿੰਦੇ ਸੀ ਉਮਰ ਭਰ ਨਿਭਾਵਾਂਗੇ ਸਾਥ ਜੋ, ਉਹਨਾਂ ਦੇ ਹੱਥੋਂ ਮੈਂ ਦਿਲ ਦੀ ਮੌਤ ਵੀ ਦੇਖੀ। ਸੋ ਜਿਹੜੇ ਬੰਦੇ ਕਹਿੰਦੇ ਨਾ ਵੀ ਅਸੀਂ ਪੂਰਾ ਸਾਥ ਨਿਭਾਵਾਂਗੇ, ਸਾਰੀ ਉਮਰ ਸਾਥ ਨਿਭਾਵਾਂਗੇ, ਉਹਨਾਂ ਦੇ ਹੱਥੋਂ ਵੀ ਮੈਂ ਦਿਲ ਦੀ ਮੌਤ ਦੇਖੀ ਹੈ। ਸੋ ਇਹ ਜ਼ਿੰਦਗੀ ਹੈ, ਪਰ ਉਹੀ ਗੱਲ ਆ ਗਈ ਦੁਨੀਆਦਾਰੀ ਹੈ, ਆਪਾਂ ਨੂੰ ਨਿਭਾਣੀ ਪੈਂਦੀ ਹੈ। ਪਰ ਹੋ ਸਕਦਾ ਉਹਨਾਂ ਦੀ ਵੀ ਕੋਈ ਮਜਬੂਰੀ ਹੋਵੇ, ਇਸ ਗੱਲ ਤੋਂ ਲੈ ਕੇ ਆਪਾਂ ਕਿਸੇ ਨੂੰ ਮਾੜਾ ਵੀ ਨਹੀਂ ਕਹਿ ਸਕਦੇ। ਹਮੇਸ਼ਾ ਚੰਗੀ ਸੋਚ ਨਾਲ ਹੀ ਚੱਲਣਾ ਚਾਹੀਦਾ ਔਰ ਕਦੀ ਵੀ ਕਿਸੇ ਅੱਗੇ ਝੁਕੋ ਨਾ, ਕਿਉਂਕਿ ਰੱਬ ਨੇ ਜੇ ਤੁਹਾਨੂੰ ਤੋਂ ਹੱਥ ਦਿੱਤੇ ਆ, ਤੁਹਾਨੂੰ ਹੁਨਰ ਦਿੱਤਾ ਆ, ਸੋ ਤੁਸੀਂ ਆਪਣੀ ਮਿਹਨਤ ਨਾਲ ਕਰਕੇ ਆਪਣੇ ਆਪ ਨੂੰ ਦੁਨੀਆ 'ਚ ਵਿਚਰ ਸਕਦੇ ਹੋ। ਆਪਣਾ ਜੋ ਤੁਹਾਡਾ ਦੁਨੀਆਦਾਰੀ ਦਾ ਜੋ ਰੋਲ ਦੇ ਤਰ੍ਹਾਂ ਰੱਬ ਨੇ ਦਿੱਤਾ ਹੈ ਉਹਨੂੰ ਨਿਭਾ ਸਕਦੇ ਹੋ। ਬਿਲਕੁਲ ਬਿਲਕੁਲ। ਹੋਰ ਤੁਸੀਂ ਕੀ ਕਰਨਾ ਚਾਹੋਗੇ ਅੱਜ? ਭਾਜੀ ਇਹਦੇ ਵਿੱਚ ਨਾ ਮੈਂ ਜਿਹੜਾ ਜਿਹੜਾ ਦੁਨੀਆਦਾਰੀ ਟੌਪਿਕ ਤੋਂ ਥੋੜਾ ਜਿਹਾ ਕਨਵਰਟ ਪਾਸੇ ਹੋ ਕੇ ਥੋੜਾ ਮੈਂ ਇੱਕ ਦੋ ਜਿਹੜੀ ਇਹ ਗੱਲਾਂ ਕਰਨੀਆਂ ਚਾਹੁੰਦਾ ਸੀ, ਕਿਉਂਕਿ ਸਾਡੇ ਸਮਾਜ ਦੇ ਵਿੱਚ ਨਾ, ਕਿਉਂਕਿ ਮੈਂ ਸਮਝਦਾ ਕਿ ਜਿਹੜਾ ਲੇਖਕ ਹੈ ਨਾ ਉਹ ਇੱਕ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਨਾ, ਉਹ ਜੋ ਵੀ ਆਪਣੇ ਸਮਾਜ ਦੇ ਵਿੱਚ ਦੁਨੀਆ ਦੇ ਵਿੱਚ ਦੇਖਦਾ ਤਾਂ ਉਹਨਾਂ ਨੂੰ ਉਹ ਆਪਣੇ ਆਪਣੇ ਵਿਚਾਰਾਂ ਦੇ ਰਾਹੀਂ ਜਿਹੜਾ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦਾ ਲੋਕਾਂ ਦੇ ਅੱਗੇ। ਜੋ ਲੇਖਕ ਮੈਂ ਪਹਿਲਾਂ ਵੀ ਕਿਹਾ ਜੋ ਲੇਖਕ ਲਿਖਦਾ ਅਸੀਂ ਸ਼ਰੋਤੇ ਅਸੀਂ ਜਿਹੜੇ ਪਾਠਕਾਂ ਨੇ ਉਹੀ ਪੜ੍ਹਨਾ ਹੈ। ਜੇ ਤੁਸੀਂ ਸਹੀ ਲਿਖੋਗੇ ਬਿਲਕੁਲ, ਬਾਕੀ ਸਾਨੂੰ ਸ਼ੀਸ਼ਾ ਵਧੀਆ ਦਿਖਾਓਗੇ ਤਾਂ ਸਾਨੂੰ ਆਪਣਾ ਚਿਹਰਾ ਸਾਫ਼ ਨਜ਼ਰ ਆਏਗਾ, ਜੇ ਸ਼ੀਸ਼ਾ ਕਹਿੰਦੇ ਪੁੱਠਾ ਦਿਖਾਓਗੇ ਤਾਂ ਫਿਰ ਟੇਢੇ ਮੇਢੇ ਜਿਹੜੇ ਅਕਸ ਹੈ ਉਹੀ ਨਜ਼ਰ ਆਣੇ ਆਪਾਂ ਨੂੰ ਫਿਰ। ਬਿਲਕੁਲ ਜੀ ਬਿਲਕੁਲ। ਉਹਦੇ ਵਿੱਚ ਵੀਰ ਜੀ ਮੈਂ ਇੱਕ ਰਚਨਾ ਲਿਖੀ ਸੀ ਜੋ ਸਾਡੀਆਂ ਧੀਆਂ ਦੇ ਉੱਤੇ ਹੈ ਹਨਾ, ਕਿਉਂਕਿ ਸਾਡੇ ਸਮਾਜ ਦੇ ਵਿੱਚ ਇਹ ਵੀ ਇੱਕ ਸਾਡਾ ਜਿਹੜਾ ਨੈਗੇਟਿਵ ਪੱਖ ਹੈ ਕਿ ਅੱਜ ਜਿੱਥੇ ਦੁਨੀਆ ਜਿਹੜੀ ਆ ਚੰਦਰਮਾ ਤੱਕ ਪਹੁੰਚ ਗਈ ਆ, ਔਰ ਸਾਡੇ ਜਿਹੜਾ ਜਿਹੜੀ ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ, ਇੱਕ ਮਿੰਟ ਤੁਹਾਡੀ ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਗੱਲ ਦੱਸ, ਆਪਣੇ ਟਾਈਮ ਬਹੁਤ ਥੋੜਾ ਆ, ਸੋ 3-4 ਮਿੰਟ ਆਪਣੇ ਕੋਲ ਰਹਿ ਗਏ ਆ, ਸੋ ਕੋਸ਼ਿਸ਼ ਕਰਿਓ ਕਿ ਆਪਾਂ ਜਲਦੀ ਜਲਦੀ ਕਰਕੇ ਬਾਕੀ ਦੀ ਗੱਲਾਂ ਕਰ ਸਕੀਏ। ਠੀਕ ਹੈ ਜੀ, ਠੀਕ ਹੈ, ਮੈਂ ਕੋਸ਼ਿਸ਼ ਕਰੂੰਗਾ ਥੋੜਾ ਜਲਦੀ ਇਹਨੂੰ ਖਤਮ ਕਰਨੀ ਹੈ। ਸੋ ਸਿੱਧਾ ਮੁੱਦੇ ਤੇ ਆਉਂਦੇ ਜੀ ਵੀਰ ਜੀ। ਕੁੰਜਾਂ ਚਿੜੀਆਂ ਕੱਲ ਦੀਆਂ ਗੱਲਾਂ, ਕੁੰਜਾਂ ਚਿੜੀਆਂ ਕੱਲ ਦੀਆਂ ਗੱਲਾਂ ਹੁਣ ਤਾਂ ਧੀਆਂ ਪੁੱਤਰ ਹੋਈਆਂ, ਕੁੰਜਾਂ ਚਿੜੀਆਂ ਕੱਲ ਦੀਆਂ ਗੱਲਾਂ ਹੁਣ ਤਾਂ ਧੀਆਂ ਪੁੱਤਰ ਹੋਈਆਂ, ਖੁਦ ਨੂੰ ਆਪ ਬੁਲੰਦ ਹੈ ਕੀਤਾ ਤਾਂਹੀਓ ਇਹ ਬੁਲੰਦੀਆਂ ਛੋਈਆਂ, ਕੁੰਜਾਂ ਚਿੜੀਆਂ ਕੱਲ ਦੀਆਂ ਗੱਲਾਂ ਹੁਣ ਤਾਂ ਧੀਆਂ ਪੁੱਤਰ ਹੋਈਆਂ, ਹਰ ਖੇਤਰ ਵਿੱਚ ਅੱਗੇ ਲੰਘੀਆਂ ਪੁੱਤਾਂ ਤੋਂ ਕਈ ਹਿੱਸੇ ਚੰਗੀਆਂ, ਜਦ ਵੀ ਪੁੱਤ ਕਪੁੱਤਰ ਹੋਏ ਇਹੀ ਨੇੜੇ ਆਣ ਖਲੋਈਆਂ, ਕੁੰਜਾਂ ਚਿੜੀਆਂ ਕੱਲ ਦੀਆਂ ਗੱਲਾਂ ਹੁਣ ਤਾਂ ਧੀਆਂ ਪੁੱਤਰ ਹੋਈਆਂ, ਕਦੇ ਨਾ ਹੱਕ ਵੰਡਾਵਣ ਧੀਆਂ, ਕਦੇ ਨਾ ਹੱਕ ਵੰਡਾਵਣ ਧੀਆਂ, ਸਭ ਦਾ ਚੰਗਾ ਚਾਵਣ ਧੀਆਂ, ਕਦੇ ਨਾ ਹੱਕ ਵੰਡਾਵਣ ਧੀਆਂ, ਸਭ ਦਾ ਚੰਗਾ ਚਾਵਣ ਧੀਆਂ, ਇਹ ਉਹ ਕਲੀਆਂ ਜੋ ਨੇ ਵੰਡਣ ਹਰ ਵਿਹੜੇ ਦੇ ਵਿੱਚ ਖੁਸ਼ਬੋਈਆਂ, ਕੁੰਜਾਂ ਚਿੜੀਆਂ ਕੱਲ ਦੀਆਂ ਗੱਲਾਂ ਹੁਣ ਤਾਂ ਧੀਆਂ ਪੁੱਤਰ ਹੋਈਆਂ, ਰੌਲੀ ਵਾਲਿਆ ਆਓ ਆਪਾਂ, ਰੌਲੀ ਵਾਲਿਆ ਆਓ ਆਪਾਂ, ਧੀ ਪੁੱਤਰ ਦਾ ਫਰਕ ਮਿਟਾਈਏ, ਹੱਥ ਜੋੜ ਕੇ ਕਹੇ ਰੁਪਿੰਦਰ ਸਭਨਾ ਅੱਗੇ ਇਹ ਅਰਜੋਈਆਂ, ਕੁੰਜਾਂ ਚਿੜੀਆਂ ਕੱਲ ਦੀਆਂ ਗੱਲਾਂ ਹੁਣ ਤਾਂ ਧੀਆਂ ਪੁੱਤਰ ਹੋਈਆਂ, ਹੁਣ ਤਾਂ ਧੀਆਂ ਪੁੱਤਰ ਹੋਈਆਂ।
ਇਹ ਸੀ ਜੀ ਮੇਰੀ ਜਿਹੜੀ ਕਿਆ ਬਾਤ ਹੈ, ਇਹਦੇ ਵਾਕਈ ਵਾਕਈ ਹੁੰਦਰ ਜੀ ਇਹ ਗੱਲ ਸੱਚੀ ਹੈ। ਅੱਜ ਕੱਲ੍ਹ ਜਿਹੜੀਆਂ ਧੀਆਂ ਉਹ ਮੁੰਡਿਆਂ ਤੋਂ ਘੱਟ ਨਹੀਂ ਹੈ ਜਾਂ ਪੁੱਤਾਂ ਤੋਂ ਘੱਟ ਨਹੀਂ ਹੈ, ਉਹ ਵੀ ਅੱਜ ਕੱਲ੍ਹ ਪੁੱਤੇ ਪੁੱਤੇ ਵਾਂਗਰ ਹੀ ਮਾਂ ਪਿਓ ਨੂੰ ਸਾਂਭਦੀਆਂ ਹੈ। ਸੋ ਕੋਈ ਫਰਕ ਨਹੀਂ ਹੈ ਰਹਿ ਗਿਆ ਅੱਜ ਕੱਲ੍ਹ ਧੀਆਂ ਤੇ ਪੁੱਤਾਂ ਵਿੱਚ। ਸੋ ਹਮੇਸ਼ਾ ਔਰ ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ ਸੋਚ ਹੈ ਜੋ ਤੁਸੀਂ ਲਿਖੀ ਇਹ। ਉਹ ਕਹਿੰਦੇ ਨੇ ਨਾ ਕਿ ਜਿਹੜੀ ਦੁਨੀਆਦਾਰੀ ਹੈ ਇਹ ਆਪਾਂ ਨਿਭਾਉਣਾ ਹੈ ਔਰ ਨਿਭਾਉਣੀ ਵੀ ਹੈ ਨਾ, ਕਿਉਂਕਿ ਦੁਨੀਆਦਾਰੀ ਜਦੋਂ ਆਪਾਂ ਨਿਭਾਉਂਦੇ ਹਾਂ ਜਿਹੜੇ ਰਿਸ਼ਤੇ ਹੈ ਨਾ ਦੁਨੀਆਦਾਰੀ ਦੇ, ਬਹੁਤ ਮੁਸ਼ਕਿਲ ਹੁੰਦੇ ਨੇ। ਔਰ ਬੰਦਾ ਜਿਹੜਾ ਕਦੀ ਵੀ ਉਹ ਬਾਣਾ ਨਹੀਂ ਪੈਦਾ ਹੁੰਦਾ, ਲੇਕਿਨ ਦੁਨੀਆ ਦੀ ਮਕਾਰੀਆਂ ਜਿਹੜੀਆਂ ਉਹ ਸਿਖਾ ਦਿੰਦੀਆਂ ਆਪਾਂ ਨੂੰ। ਸੋ ਰੁਪਿੰਦਰ ਜੀ ਬਿਲਕੁਲ ਟਾਈਮ ਮਤਲਬ ਉਹ ਪੂਰਾ ਹੋ ਗਿਆ, ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਆਏ ਹੋ। ਜੇ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਉਹ ਕਹਿ ਲਓ ਫਟਾਫਟ, ਕਿਉਂਕਿ ਆਪਣਾ ਟਾਈਮ ਹੈ ਨਹੀਂ। ਹਾਂਜੀ ਮੈਂ ਇੱਕ ਰਿਕੁਐਸਟ ਕਰਨਾ ਚਾਹੁੰਦਾ ਸੀ ਵੀਰ ਜੀ, ਕਿਉਂਕਿ ਮੇਰੇ ਕੋਲ ਪਹਿਲਾਂ ਮਿਸ ਹੋ ਗਈ ਕਿ ਆਪ ਜੀ ਨੇ ਮੈਨੂੰ ਬੜਾ ਪਿਆਰ ਦਿੱਤਾ ਇਸ ਜਿਹੜਾ ਪ੍ਰੋਗਰਾਮ ਵਿੱਚ ਲਾਈਵ ਕਰਵਾ ਕੇ। ਜਿਸ ਤਰ੍ਹਾਂ ਤੁਸੀਂ ਜਿਹੜੇ ਦਰਸ਼ਕਾਂ ਨੇ, ਜਿੱਦਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜੀਆਂ ਮੇਰੀਆਂ ਚਾਰ ਕਿਤਾਬਾਂ ਇਹਨਾਂ ਨੂੰ ਬਹੁਤ ਪਿਆਰ ਦਿੱਤਾ ਲੋਕਾਂ ਨੇ, ਮੈਂ ਦੱਸ ਦੇਣਾ ਚਾਹੁੰਦਾ ਹਾਲ ਦੇ ਵਿੱਚ ਹੀ ਇੱਕ ਨਾ ਗੀਤ ਰਿਕਾਰਡ ਕੀਤਾ ਸੀਗਾ ਇਟਲੀ ਵਿੱਚ, ਬਹੁਤ ਮਸ਼ਹੂਰ ਗਾਇਕ ਨੇ ਇਟਲੀ ਦੇ, ਐਚ ਪੀ ਢੱਡਾ ਜੀ, ਉਹਨਾਂ ਨੇ ਮੇਰੀ ਕਲਮ ਤੋਂ ਲਿਖਿਆ ਹੋਇਆ ਇੱਕ ਗੀਤ ਜਿਹੜਾ ਗਾਇਆ ਹੈ ਜੋ ਇੰਡੀਆ ਚਾਈਨਾ ਬਾਰਡਰ ਡਿਸਪਿਊਟ ਦੇ ਉੱਤੇ ਹੈ। ਉਹ ਮੇਰਾ ਇੱਕ ਯੂਟਿਊਬ ਚੈਨਲ ਹੈ ਰੁਪਿੰਦਰ ਹੁੰਦਲ ਪੰਜਾਬੀ ਕਵਿਤਾਵਾਂ ਦੇ ਨਾਂ ਤੇ, ਉਹਦੇ ਵਿੱਚ ਤੁਸੀਂ ਵੇਖ ਸਕਦੇ ਹੋ। ਹੋਰ ਵੀ ਬਹੁਤ ਸਾਰੀਆਂ ਮੇਰੀਆਂ ਰਚਨਾਵਾਂ ਉਹਦੇ ਵਿੱਚ ਅਪਲੋਡ ਕੀਤੀਆਂ ਹਨ ਔਰ ਤੁਸੀਂ ਉਹਨਾਂ ਨੂੰ ਜ਼ਰੂਰ ਸੁਣਿਓ, ਔਰ ਮੈਨੂੰ ਤੁਹਾਡੇ ਜਿਹੜਾ ਹੰਗਾਰੇ ਦੀ ਉਮੀਦ ਰਹੇਗੀ, ਔਰ ਇਹ ਜਿਹੜਾ ਤੁਸੀਂ ਜ਼ਰੂਰ ਥਾਪੜਾ ਦਓਗੇ ਉਹਦੇ ਨਾਲ ਹੋਰ ਵੀ ਵਧੀਆ ਲਿਖਣ ਦਾ ਯਤਨ ਕਰਾਂਗੇ। ਮੈਂ ਇਹੀ ਦੋ ਸ਼ਬਦ ਕਹਿਣਾ ਚਾਹੁੰਦਾ ਸੀ। ਥੈਂਕ ਯੂ ਜੀ, ਤੇ ਥੈਂਕ ਯੂ ਰੁਪਿੰਦਰ ਜੀ ਤੁਹਾਡੇ ਆਉਣ ਦਾ ਬਹੁਤ ਬਹੁਤ। ਸੋ ਪਿਆਰੇ ਦਰਸ਼ਕੋ, ਕਿਉਂਕਿ ਜਿਹੜਾ ਸਮੇਂ ਉਹ ਬਹੁਤ ਬਲਵਾਨ ਹੁੰਦਾ, ਹੁਣ ਆਪਣੇ ਕੋਲ ਸਮੇਂ ਹੈ ਨਹੀਂ, ਲੇਕਿਨ ਇਸ ਵਾਅਦੇ ਨਾਲ ਕਿ ਅਗਲੀ ਵਾਰੀ ਜ਼ਰੂਰ ਤੁਹਾਡੇ ਰੂਬਰੂ ਹੋਵਾਂਗੇ, ਔਰ ਜਿਸ ਤਰ੍ਹਾਂ ਮੈਂ ਪ੍ਰੋਗਰਾਮ ਵਿੱਚ ਦੱਸਦਾ ਹਾਂ ਕਿ ਅਗਲੇ ਵਾਰ ਦੇ ਜਿਹੜੇ ਗੈਸਟ ਨੇ ਸਾਡੇ ਉਹ ਨੇ ਜਸਵੀਰ ਗੁਣਾਚੌਰੀਆ ਜੋ ਕੈਨੇਡਾ ਤੋਂ ਨੇ, ਸੋ ਉਹ ਸਾਡੇ ਵਿੱਚ ਸ਼ਿਰਕਤ ਕਰਨਗੇ, ਔਰ ਟੌਪਿਕ ਹੋਵੇਗਾ ਮੁਹੱਬਤ, ਕਿਉਂਕਿ ਇਹ ਮੁਹੱਬਤ ਤੇ ਲਿਖਦੇ ਨੇ। ਸੋ ਮੁਹੱਬਤ ਜਾਂ ਪਿਆਰ ਇਹ ਟੌਪਿਕ ਹੋਵੇਗਾ ਅਗਲੇ ਹਫ਼ਤੇ ਦਾ। ਤਦ ਤੱਕ ਲਈ ਮੈਨੂੰ ਦੋ ਇਜਾਜ਼ਤ, ਤੁਸੀਂ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਤੇ ਆਪਣੀ ਦੁਆਵਾਂ ਵਿੱਚ ਮੈਨੂੰ ਯਾਦ ਰੱਖਣਾ। ਰੱਬ ਰਾਖਾ, ਸਤਿ ਸ਼੍ਰੀ ਅਕਾਲ।